मैं कल वार्निंग टू देखी है जेड़ा उदे तुहाडा सीन है ना तुसी बिलीव करियो वो तुहाडी लाइफ का भी बेस्ट सीन है इहदी लाइफ का भी बेस्ट ट्रेंस नू मैं एंजॉय करदा स्क्रीन दे उत्ते मैनू उदा ही तुरया फिरया जांदा गल्लां करदा परफॉर्म करदा है वधिया लगदा मैनू अपने आप नू अज बहुत वधिया लग रिहा जी क्योंकि प्रिंस नाल मैं किसी होर तरीके नाल साडा एक रिलेशन आ बहुत अटैचमेंट है साडी आपस च मैं ग्रोथ देखी है शुरू तो जो बहुत सालों तो कट्ठे थे लिखण तो लैके क्योंकि बहुत टाइम था मेरे नाल एज अ राइटर ही जुड़िया रहा बड़ियां फिल्मां फरार दे वेले मैं याद आ उधर दिन हुंदा सी अमरीका शूट करदे सी इधर रात हुंदी सी सारी रात जागदा सीगा वी उधर किसे कोई लैण दी लोड़ ना पै जावे और मैं इहनूं हमेशा तो कहिंदा सी मैं कहा यार जदों तू कोले बैठदा ना मैनूं बड़ा इंट्रस्टिंग करैक्टर लगदा हमेशा गल्लां बातां मारदे आ मैं कहा जदों स्क्रीन ते आउणा उह चीज़ क्यों नहीं निकल के आ रही फिर मैं रिलाइज़ कीता इह थोड़ा उस कैटेगरी दा एक्टर है हुण भी मैनूं क्योंकि मैं बहुत फिल्मां कीतियां बहुत काम कीता इहदे नाल जदों इह पहले दो तीन दिन सैट ते रहिंदा ना तां इहनूं करैक्टर फड़न नूं इहनूं वक्त बहुत लगदा क्योंकि उहदियां बड़ियां बरीकियां फड़दियां जांदा बड़ियां चीज़ां ते जिहड़ियां पहलां इहनूं फिल्मां मिलदियां रहियां ने उह सारियां फिल्मां इदां दियां आउंदियां सी ਵੀ ਇਹਨੂੰ ਵਿਚਾਰ ਨੂੰ ਰੋਲ ਹੀ ਤਿੰਨ ਦਿਨ ਦਾ ਮਿਲਦਾ ਹੁੰਦਾ ਜਦ ਤੱਕ ਰੋਲ ਮੁੱਕ ਜਾਂਦਾ ਜਦ ਤੱਕ ਫੜਦਾ ਜੀ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਹੈ ਵੀ ਗਿੱਪੀ ਬਾਈ ਜੀ ਨੇ ਮੈਨੂੰ ਇਸ ਆਪਣੀ ਲਾਈਨ ਦੇ ਵਿੱਚ ਮੈਂ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਸੀ ਤੇ ਮੋਢਿਆਂ ਤੇ ਚੱਕ ਕੇ ਬਿਠਾਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਹਮੇਸ਼ਾ ਤੁਸੀਂ ਪਹੁੰਚਦੇ ਹੋ ਸਪੋਰਟ ਕਰਨ ਦੇ ਲਈ ਮੇਰੇ ਲਈ ਮੈਨੂੰ ਆਪਣੇ ਆਪ ਨੂੰ ਅੱਜ ਬਹੁਤ ਵਧੀਆ ਲੱਗ ਰਿਹਾ ਜੀ ਕਿਉਂਕਿ ਪ੍ਰਿੰਸ ਨਾਲ ਮੈਂ ਕਿਸੇ ਹੋਰ ਤਰੀਕੇ ਨਾਲ ਸਾਡਾ ਇੱਕ ਰਿਲੇਸ਼ਨ ਆ ਬਹੁਤ ਅਟੈਚਮੈਂਟ ਹੈ ਸਾਡੀ ਆਪਸ 'ਚ ਅਤੇ ਮੈਂ ਇਹਦੀ ਗਰੋਥ ਦੇਖੀ ਹੈ ਸ਼ੁਰੂ ਤੋਂ ਜੋ ਬਹੁਤ ਸਾਲਾਂ ਤੋਂ ਇਕੱਠੇ ਸੀਗੇ ਲਿਖਣ ਤੋਂ ਲੈ ਕੇ ਕਿਉਂਕਿ ਬਹੁਤ ਟਾਈਮ ਥਾ ਮੇਰੇ ਨਾਲ ਐਜ਼ ਅ ਰਾਈਟਰ ਹੀ ਜੁੜਿਆ ਰਿਹਾ ਬੜੀਆਂ ਫਿਲਮਾਂ ਫਰਾਰ ਦੇ ਵੇਲੇ ਮੈਨੂੰ ਯਾਦ ਆ ਉੱਧਰ ਦਿਨ ਹੁੰਦਾ ਸੀ ਅਮਰੀਕਾ ਸ਼ੂਟ ਕਰਦੇ ਸੀ ਇੱਧਰ ਰਾਤ ਹੁੰਦੀ ਸੀ ਅਤੇ ਸਾਰੀ ਰਾਤ ਜਾਗਦਾ ਸੀਗਾ ਵੀ ਉੱਧਰ ਕਿਸੇ ਕੋਈ ਲੈਣ ਦੀ ਲੋੜ ਨਾ ਪੈ ਜਾਵੇ ਸੋ ਉਦੋਂ ਤੋਂ ਇਕੱਠੇ ਹਾਂ ਜੀ ਅਤੇ ਵਾਰਨਿੰਗ ਨੇ ਜਿੰਨਾ ਇਹਦੀ ਲਾਈਫ 'ਚ ਚੇਂਜ ਲੈ ਕੇ ਆਉਂਦਾ ਮੇਰੀ ਲਾਈਫ 'ਚ ਵੀ ਲੈ ਕੇ ਆਉਂਦਾ ਸਾਨੂੰ ਪਤਾ ਨਹੀਂ ਸੀ ਕਿ ਪ੍ਰੋਡਕਟ ਇੱਦਾਂ ਵੀ ਚੱਲਣਗੇ ਔਰ ਲੋਕ ਇੱਦਾਂ ਦੀਆਂ ਚੀਜ਼ਾਂ ਵੀ ਪਸੰਦ ਕਰਨਗੇ ਔਰ ਮੈਂ ਇਹਨੂੰ ਹਮੇਸ਼ਾ ਤੋਂ ਕਹਿੰਦਾ ਸੀ ਮੈਂ ਕਿਹਾ ਯਾਰ ਜਦੋਂ ਤੂੰ ਕੋਲੇ ਬੈਠਦਾ ਨਾ ਮੈਨੂੰ ਬੜਾ ਇੰਟਰਸਟਿੰਗ ਕਰੈਕਟਰ ਲੱਗਦਾ ਹਮੇਸ਼ਾ ਗੱਲਾਂ ਬਾਤਾਂ ਮਾਰਦੇ ਆ ਮੈਂ ਕਿਹਾ ਜਦੋਂ ਸਕਰੀਨ 'ਤੇ ਆਉਣਾ ਉਹ ਚੀਜ਼ ਕਿਉਂ ਨਹੀਂ ਨਿਕਲ ਕੇ ਆ ਰਹੀ ਫਿਰ ਮੈਂ ਰਿਲਾਈਜ਼ ਕੀਤਾ ਇਹ ਥੋੜ੍ਹਾ ਉਸ ਕੈਟੇਗਰੀ ਦਾ ਐਕਟਰ ਹੈ ਹੁਣ ਵੀ ਮੈਨੂੰ ਕਿਉਂਕਿ ਮੈਂ ਬਹੁਤ ਫਿਲਮਾਂ ਕੀਤੀਆਂ ਬਹੁਤ ਕੰਮ ਕੀਤਾ ਇਹਦੇ ਨਾਲ ਜਦੋਂ ਇਹ ਪਹਿਲੇ ਦੋ ਤਿੰਨ ਦਿਨ ਸੈੱਟ 'ਤੇ ਰਹਿੰਦਾ ਨਾ ਤਾਂ ਇਹਨੂੰ ਕਰੈਕਟਰ ਫੜਨ ਨੂੰ ਇਹਨੂੰ ਵਕਤ ਬਹੁਤ ਲੱਗਦਾ ਕਿਉਂਕਿ ਉਹਦੀਆਂ ਬੜੀਆਂ ਬਰੀਕੀਆਂ ਫੜਨੀਆਂ ਚਾਹੁੰਦਾ ਬੜੀਆਂ ਚੀਜ਼ਾਂ ਅਤੇ ਜਿਹੜੀਆਂ ਪਹਿਲਾਂ ਇਹਨੂੰ ਫਿਲਮਾਂ ਮਿਲਦੀਆਂ ਰਹੀਆਂ ਨੇ ਉਹ ਸਾਰੀਆਂ ਫਿਲਮਾਂ ਇੱਦਾਂ ਦੀਆਂ ਆਉਂਦੀਆਂ ਸੀ ਵੀ ਇਹਨੂੰ ਵਿਚਾਰ ਨੂੰ ਰੋਲ ਹੀ ਤਿੰਨ ਦਿਨ ਦਾ ਮਿਲਦਾ ਹੁੰਦਾ ਜੀ ਜਦ ਤੱਕ ਰੋਲ ਮੁੱਕ ਜਾਂਦਾ ਜਦ ਤੱਕ ਫੜਦਾ ਜੀ ਫੜਨ ਫੜਾਉਣ ਕੁਛ ਬਚਦਾ ਹੀ ਨਹੀਂ ਸੀਗਾ ਦੋ ਚਾਰ ਹੀ ਸੀਨ ਹੁੰਦੇ ਸੀਗੇ ਇੱਧਰੋਂ ਨਿਕਲ ਗਏ ਉੱਧਰੋਂ ਨਿਕਲ ਗਏ ਸੋ ਟੱਚ ਵੁੱਡ ਅੱਜ ਬੜੀ ਖੁਸ਼ੀ ਹੈ ਜੀ ਬਹੁਤ ਅੱਛਾ ਪ੍ਰੋਡਕਟ ਲੱਗ ਰਿਹਾ ਚੇਤਾ ਸਿੰਘ ਅਤੇ ਮੇਰੀ ਬੈਸਟ ਵਿਸ਼ਿਜ਼ ਨੇ ਸਾਰੀ ਟੀਮ ਨੂੰ ਅਤੇ ਤੁਸੀਂ ਜ਼ਰੂਰ ਸਪੋਰਟ ਕਰਿਓ ਇਸ ਪ੍ਰੋਡਕਟ ਦੀ ਔਰ ਵਾਹਿਗੁਰੂ ਮਿਹਰ ਕਰੇ ਇੱਦਾਂ ਦੇ ਸਬਜੈਕਟ ਚੱਲਣੇ ਚਾਹੀਦੇ ਬਟ ਇੱਕ ਚੀਜ਼ ਮੈਂ ਹਮੇਸ਼ਾ ਕਹਿਣਾ ਮੈਨੂੰ ਕਿਉਂਕਿ ਮੈਂ ਜਦੋਂ ਟ੍ਰੇਲਰ ਦੇਖਿਆ ਕਿਉਂਕਿ ਇੱਦਾਂ ਦੇ ਬੜੇ ਟ੍ਰੇਲਰ ਨੇ ਜਿਹੜੇ ਆਪਾਂ ਜਾਂ ਫਿਲਮਾਂ ਦੇਖਦੇ ਹਾਂ ਜਦੋਂ ਇਹ ਵਾਰਨਿੰਗ ਵੇਲੇ ਵੀ ਪ੍ਰੋਬਲਮ ਆਈ ਸੀ ਕਿ ਸਰਟੀਫਿਕੇਟ ਅਡਲਟ ਮਿਲ ਜਾਂਦਾ ਹੈ ਨਾ ਇਹ ਮੈਨੂੰ ਸਮਝ ਨਹੀਂ ਲੱਗੀ ਹੈਗੀ ਕਿਉਂਕਿ ਜਦੋਂ ਵਾਰਨਿੰਗ ਅਸੀਂ ਸੈਂਸਰ ਕਰਾਉਣ ਗਏ ਤਾਂ ਉਹਨਾਂ ਨੇ ਸਾਨੂੰ ਉੱਥੇ ਕਹਿਤਾ ਵੀ ਇਹ ਤਾਂ ਅਡਲਟ ਹੈ ਇਹਨੂੰ ਤਾਂ ਅਡਲਟ ਹੀ ਮਿਲੂਗਾ ਅਤੇ ਅਸੀਂ ਬੜੀ ਲੜਾਈ ਝਗੜਾ ਕੀਤਾ ਸੈਂਸਰ ਨਾਲ ਅਤੇ ਇੱਥੋਂ ਗਏ ਤਿੰਨ ਚਾਰ ਜਾਣੇ ਦੋ ਦਿਨ ਬੈਠੇ ਅਤੇ ਕਿੰਨੀਆਂ ਹੀ ਫਿਲਮਾਂ 'ਤੇ ਰੈਫਰੈਂਸ ਕੱਟੇ ਅਸੀਂ ਵੀ ਯਾਰ ਆਹ ਦੇਖੋ ਤੁਸੀਂ ਇਹਨਾਂ ਨੂੰ ਅਡਲਟ ਨਹੀਂ ਦਿੱਤਾ ਹੋਇਆ ਕਹਿੰਦੇ ਜੀ ਉਹ ਰੀਜਨਲ ਨਹੀਂ ਹੈ ਉਹ ਪੰਜਾਬੀ ਨਹੀਂ ਗਿਆ ਮੈਂ ਕਿਹਾ ਯਾਰ ਬੰਦੇ ਤਾਂ ਉਹੀ ਹਾਂ ਅਸੀਂ ਸਾਡੇ ਫਿਲਮਾਂ ਤੁਹਾਡੀਆਂ ਚੱਲਦੀਆਂ ਨੇ ਅਸੀਂ ਹਿੰਦੀ ਫਿਲਮਾਂ ਪੰਜਾਬ 'ਚ ਇੰਨੀ ਕਲੈਕਸ਼ਨ ਕਰਦੀਆਂ ਨੇ ਤੁਹਾਡੀਆਂ ਅਸੀਂ ਬੈਠ ਕੇ ਦੇਖਦੇ ਹਾਂ ਸੋ ਉਹ ਇੱਕ ਜਿਹੜਾ ਉੱਥੇ ਜਾ ਕੇ ਪੰਗਾ ਪੈਂਦਾ ਵਾ ਪਤਾ ਨਹੀਂ ਤਾਂ ਵਿਤਕਰਾ ਕਹਿ ਸਕਦੇ ਆਪਾਂ ਪਤਾ ਨਹੀਂ ਕੀ ਪ੍ਰੋਬਲਮ ਆ ਇਹ ਵੀ ਇਸ ਚੀਜ਼ ਨੂੰ ਸਾਨੂੰ ਥੋੜ੍ਹਾ ਜਿਹਾ ਲੱਗਦਾ ਕਿ ਮੈਂ ਪਹਿਲਾਂ ਵੀ ਇੱਕ ਵਾਰੀ ਇੱਥੇ ਵੀ ਟੋਕ ਕੀਤੀ ਸੀਗੀ ਸੀਐਮ ਸਾਹਿਬ ਨਾਲ ਵੀ ਟੋਕ ਹੋਈ ਸੀ ਉਹਨਾਂ ਨੇ ਵੀ ਕਿਹਾ ਸੀਗਾ ਵੀ ਇੱਥੇ ਸੈਂਸਰ ਦਾ ਕੁਝ ਜੁਗਾੜ ਲਿਆਉਂਦਾ ਜਾਵੇ ਇੱਥੇ ਸੈਟਅਪ ਕੀਤਾ ਜਾਵੇ ਸੋ ਉਹ ਚੀਜ਼ਾਂ ਮੈਨੂੰ ਲੱਗਦਾ ਹੋਣੀਆਂ ਚਾਹੀਦੀਆਂ ਐਫਰਟ ਮਾਰਨੀ ਚਾਹੀਦੀ ਕਿਉਂਕਿ ਅੱਧੀ ਕਲੈਕਸ਼ਨ ਹੈ ਜਿਹੜੀ ਉਹ ਇਸੇ ਚੱਕਰ 'ਚ ਮਰ ਜਾਂਦੀ ਆ ਉਹ ਫਰਾਰ ਫਿਲਮ ਦੇ ਵੇਲੇ ਪਹਿਲੀ ਵਾਰੀ ਹੋਇਆ ਸੀ ਅਤੇ ਲੋਕ ਜਦੋਂ ਟਿਕਟ ਬੁੱਕ ਕਰਾਉਣ ਲੱਗਦੇ ਬੁੱਕ ਮਾਈ ਸ਼ੋਅ ਦੇ ਉੱਤੇ ਤਾਂ ਉਹਤੇ ਲਿਖਿਆ ਆ ਜਾਂਦਾ ਸੀ ਵੀ ਤੂੰ 18 ਸਾਲ ਤੋਂ ਉੱਤੇ ਆ ਇਹ ਅਡਲਟ ਫਿਲਮ ਆ ਸੋ ਲੋਕਾਂ ਨੂੰ ਲੱਗਦਾ ਸੀ ਉਦੋਂ ਆਪਾਂ ਨਾ ਹੀ ਸੁਣਦੇ ਸੀ ਨਾ ਅਡਲਟ ਫਿਲਮਾਂ 'ਤੇ ਪਤਾ ਲੱਗਦਾ ਕੋਈ ਗੰਦੇ ਸੀਨ ਹੋਣਗੇ ਜਾਂ ਕੁਛ ਹੈ ਉਹਦੇ 'ਚ ਦੋ ਤਿੰਨ ਸੀਨ ਸੀ ਕਿ ਉਹ ਚਾਕੂ ਵੱਜਦਾ ਖੂਨ ਨਿਕਲਿਆ ਆਉਂਦਾ ਉਹ ਬਲੱਡ ਦੇ ਉੱਤੇ ਹੀ ਆਪਾਂ ਨੂੰ ਸੈਂਸਰ ਉਹਨਾਂ ਨੇ ਅਡਲਟ ਦਿੱਤਾ
ਸੋ ਉਹ ਚੀਜ਼ ਦੀ ਜ਼ਰੂਰ ਮੈਨੂੰ ਇੱਕ ਲੱਗਦੀ ਹੈ ਕਿ ਪ੍ਰੋਬਲਮ, ਕਿਉਂਕਿ ਇੱਦਾਂ ਦੀਆਂ ਚੀਜ਼ਾਂ ਆਪਾਂ ਘਰੇ ਬੈਠ ਕੇ ਆਮ ਦੇਖਦੇ ਹਾਂ, ਅੱਜ ਕੱਲ੍ਹ ਤਾਂ ਐਮਾਜ਼ੋਨ ਨੈਟਫਲਿਕਸ ਨੇ ਹਨੇਰੀ ਪੱਟੀ ਪਈ ਹੈ ਇਹੋ ਜਿਹੀਆਂ ਚੀਜ਼ਾਂ ਦੀ। ਸੋ ਅਡਲਟ ਲਈ ਕੁਛ ਨਾ ਕੁਛ ਜ਼ਰੂਰ ਐਫਰਟ ਮਾਰਨੀ ਚਾਹੀਦੀ ਹੈ, ਅਤੇ ਬਾਕੀ ਤੁਸੀਂ ਸਪੋਰਟ ਕਰੋ ਜੀ, ਔਰ ਫਿਰ ਬਹੁਤ ਵਧੀਆ ਲੱਗ ਰਿਹਾ, ਬੈਸਟ ਵਿਸ਼ਸ ਸਾਰੀ ਟੀਮ ਨੂੰ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਹੈ ਵੀ ਲਿਪੀ ਬਾਈ ਜੀ ਨੇ ਮੈਨੂੰ ਇਸ ਆਪਣੀ ਲਾਈਨ ਦੇ ਵਿੱਚ, ਮੈਂ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਸੀ, ਅਤੇ ਮੋਢਿਆਂ 'ਤੇ ਚੱਕ ਕੇ ਬਿਠਾਇਆ, ਅਤੇ ਇਹ ਹੁਣ ਫਿਲਮ ਚੇਤਾ ਸਿੰਘ 1 ਸਤੰਬਰ ਨੂੰ ਆ ਰਹੀ ਹੈ, ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣ ਜਾਣੀ ਹੈ। ਇਹ ਭੈਣ ਭਰਾ ਦੀ ਕਹਾਣੀ ਹੈ, ਵੀ ਇੱਕ ਕਿਤਾਬਾਂ ਵਾਲੀ ਦੁਕਾਨ 'ਤੇ ਲੱਗਿਆ ਹੋਇਆ ਮੁੰਡਾ, ਅਤੇ ਉਹਦੀ ਭੈਣ ਜਿਹੜੀ ਖੋ ਖੋ ਦੀ ਖਿਡਾਰਨ ਹੈ, ਔਰ ਉਹ ਸੋਚਦਾ ਵੀ ਇਹਦੇ ਕੋਲ ਲਾਲ ਬੱਤੀ ਵਾਲੀ ਗੱਡੀ ਹੋਵੇ, ਅਤੇ ਮੈਂ ਡੈਰੀ ਚੱਕ ਕੇ ਇਹਦੇ ਨਾਲ ਨਾਲ ਇਹਦੀਆਂ ਮੀਟਿੰਗਾਂ ਹੋਰ ਵੀ, ਇਹ ਅਫਸਰ ਬਣੇ ਵੱਡੀ, ਅਤੇ ਉਹ ਮੁੰਡੇ ਦੀ ਕਹਾਣੀ ਹੈ, ਇਹ ਪਾਲੇ ਦੀ ਕਹਾਣੀ ਹੈ। ਪਾਲਾ ਚੇਤਾ ਕਿਵੇਂ ਬਣਦਾ ਇਹ ਫਿਲਮ ਦੇਖ ਕੇ ਤੁਹਾਨੂੰ ਪਤਾ ਲੱਗੂਗਾ, ਅਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣ ਜਾਣੀ ਹੈ। ਟ੍ਰੇਲਰ ਅੱਜ ਆਪਣਾ ਰਿਲੀਜ਼ ਹੋ ਗਿਆ, 1 ਤਰੀਕ ਨੂੰ 1 ਸਤੰਬਰ ਨੂੰ ਆਉਣੀ ਹੈ ਫਿਲਮ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਉਸ ਤੋਂ ਬਾਅਦ ਮੈਂ ਚਾਹਾਂਗਾ ਜੀ, ਮੈਂ ਇੰਨੀ ਸੋਹਣੀ ਪੁਲਿਸ ਵਾਲੀ ਨਹੀਂ ਦੇਖੀ ਜੀ, ਮੈਂ ਕਹਿੰਦਾ ਮੇਰਾ ਰੋਜ਼ ਹੀ ਚਲਾਉਣਾ ਹੁੰਦਾ ਰਵੇ ਜੀ, ਇੰਨੇ ਸੋਹਣੇ ਪੁਲਿਸ ਵਾਲੇ ਹੋਣ। ਪਰਸਨਲ ਫੀਲਿੰਗਾਂ ਦਾ ਇਜ਼ਹਾਰ ਨਹੀਂ ਕਰਦਾ ਮਗਾ ਜਪਦੀ ਮੈਂ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਆ, ਤੁਸੀਂ ਆਪਾਂ ਇੰਨਾ ਕੀਮਤੀ ਟਾਈਮ ਕੱਢ ਕੇ ਤੁਸੀਂ ਸਾਰੇ ਇੱਥੇ ਆਇਓ। ਚੇਤਾ ਸਿੰਘ 1 ਸਤੰਬਰ ਨੂੰ ਆ ਰਹੀ ਹੋ, ਐਂਡ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੀ ਹਾਂ ਕਿ ਮੈਂ ਇਸ ਫਿਲਮ ਦਾ ਹਿੱਸਾ ਬਣੀ ਹਾਂ, ਔਰ ਕਿਉਂਕਿ ਪੁਲਿਸ ਆਫਿਸਰ ਦਾ ਜਿਹੜਾ ਕਿਰਦਾਰ ਮੈਂ ਕਦੀ ਪਹਿਲਾਂ ਪਲੇ ਨਹੀਂ ਕੀਤਾ, ਤਾਂ ਮੇਰੇ ਲਈ ਬੜੀ ਮਾਣ ਵਾਲੀ ਗੱਲ ਸੀ। ਪੰਜਾਬ ਪੁਲਿਸ ਨੂੰ ਹਮੇਸ਼ਾ ਦੇਖੀਦਾ ਸੀ, ਅਤੇ ਉਸ ਗੈਟਅਪ 'ਚ ਆਉਣਾ, ਫਿਰ ਉਹੀ ਰੋਪ ਰੱਖਣਾ, ਉਹੀ ਯੂ ਨੋ ਸਟਾਈਲ ਦੇ ਵਿੱਚ ਕੰਮ ਕਰਨਾ, ਅਤੇ ਬੜਾ ਚੰਗਾ ਲੱਗਾ। ਅਤੇ ਮੈਂ ਆਸ਼ੀਸ਼ ਕੁਮਾਰ ਜਿਨ੍ਹਾਂ ਨੇ ਡਾਇਰੈਕਟ ਕੀਤੀ ਹੈ ਉਹਨਾਂ ਦੀ ਧੰਨਵਾਦੀਆਂ, ਰਾਣਾ ਜੀ ਦੀ ਧੰਨਵਾਦੀਆਂ, ਅਤੇ ਉਹਨਾਂ ਨੇ ਪ੍ਰੋਡਿਊਸ ਕੀਤੀ ਹੈ ਸੁਮੀਤ ਜੀ ਅਤੇ ਪਰਵਿੰਦਰ ਜੀ ਅਤੇ ਸਾਰੀ ਟੀਮ ਅਤੇ ਸਾਰੀ ਸਟਾਰ ਕਾਸਟ, ਸਰ ਨਾਲ ਕੰਮ ਕਰਕੇ ਮੈਨੂੰ ਬਹੁਤ ਚੰਗਾ ਲੱਗਾ, ਬਹੁਤ ਕੁਛ ਸਿੱਖਣ ਨੂੰ ਮਿਲਿਆ। ਅਤੇ ਬਾਕੀ ਮੈਮ ਵੀ ਬੈਠੇ ਨੇ ਉੱਧਰ, ਸਾਰਿਆਂ ਨਾਲ ਮੈਂ ਹੁਣ ਇੱਕ ਇੱਕ ਨਾਮ ਗੁਣਾਉਣ ਲੱਗੀ, ਮੈਨੂੰ ਲੱਗਦਾ ਕਿ ਬਹੁਤ ਟਾਈਮ ਲੱਗ ਜਾਏਗਾ, ਅਤੇ ਬਟ ਸਾਰਿਆਂ ਦੀ ਮੈਂ ਬਹੁਤ ਬਹੁਤ ਧੰਨਵਾਦ ਦੀ ਹਾਂ, ਉਹਨਾਂ ਨੇ ਇੰਨਾ ਆਪਣਾ ਸਹਿਯੋਗ ਦਿੱਤਾ, ਔਰ ਮੇਰਾ ਜਿਹੜਾ ਕੰਮ ਆ ਉਹ ਮੇਰੇ ਲਈ ਆਸਾਨ ਹੋ ਗਿਆ ਸੀ ਕਰਨਾ ਸੈੱਟ 'ਤੇ, ਇਹਦੀ ਸ਼ੂਟਿੰਗ ਅੰਮ੍ਰਿਤਸਰ ਵੱਲ ਹੋਈ ਆ। ਅਤੇ ਬਾਕੀ ਜਿੱਦਾਂ ਪ੍ਰਿੰਸ ਜੀ ਨੇ ਦੱਸਿਆ ਆ, ਉਹਨਾਂ ਦਾ ਉਹਨਾਂ ਦੀਆਂ ਫਿਲਮਾਂ ਆਪਾਂ ਦੇਖੀਆਂ, ਉਹਨਾਂ ਦਾ ਕੰਮ ਦੇਖਿਆ ਆਪਾਂ, ਮੈਂ ਵੀ ਉਹਨਾਂ ਦੇ ਕੰਮ ਦੀ ਫੈਨ ਹਾਂ, ਹਾਲਾਂਕਿ ਮੈਂ ਇੱਦਾਂ ਦਾ ਜੋਨਰ ਦੇਖਦੀ ਨਹੀਂ ਪਰ ਮੈਂ ਕਰ ਲਿਆ, ਕਿਉਂਕਿ ਮੈਨੂੰ ਲੱਗਦਾ ਆ ਕਿ ਪੰਜਾਬੀ ਸਿਨੇਮਾ ਦੇ ਵਿੱਚ ਇੱਦਾਂ ਦੀਆਂ ਫਿਲਮਸ ਆਉਣੀਆਂ ਚਾਹੀਦੀਆਂ, ਔਰ ਗਿੱਪੀ ਜੀ ਉਹਨਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਸੀ, ਵਾਰਨਿੰਗ ਆਪਣੇ ਸਾਰਿਆਂ ਦੇ ਮੂੰਹ 'ਤੇ ਇਹ ਨਾਮ ਚੜਿਆ ਹੋਇਆ, ਜਿਹਦੇ ਨਾਲ ਵੀ ਗੱਲ ਕਰ ਲਓ ਪ੍ਰਿੰਸ ਜੀ ਦਾ ਕੰਮ, ਅਤੇ ਬਹੁਤ ਮੈਨੂੰ ਚੰਗਾ ਲੱਗਾ ਕਿ ਮੈਂ ਇਸ ਸਾਰੀ ਟੀਮ ਦਾ ਹਿੱਸਾ ਬਣੀ ਹਾਂ, ਅਤੇ ਬਹੁਤ ਬਹੁਤ ਧੰਨਵਾਦ ਗਿੱਪੀ ਜੀ ਦਾ ਕਿ ਤੁਸੀਂ ਆਪਣਾ ਇੰਨਾ ਕੀਮਤੀ ਟਾਈਮ ਕੱਢ ਕੇ ਤੁਸੀਂ ਇੱਥੇ ਆਇਓ, ਅਤੇ ਬਹੁਤ ਬਹੁਤ ਮਿਹਰਬਾਨੀ ਅਤੇ ਸ਼ੁਕਰੀਆ ਸਾਰਿਆਂ ਦਾ। ਪੰਜਾਬੀ ਫਿਲਮਾਂ ਨੂੰ ਸਪੋਰਟ ਕਰੋ, ਪੰਜਾਬੀ ਜ਼ੁਬਾਨ ਨੂੰ ਸਪੋਰਟ ਕਰੋ, ਮੇਰਾ ਬਸ ਆਹੀ ਮੈਸੇਜ ਆ। ਥੈਂਕ ਯੂ ਸੋ ਮਚ। ਮੈਂ ਇਸ ਗੱਲ ਦੀ ਸ਼ੁਰੂਆਤ ਇੱਥੋਂ ਕਰੂੰਗਾ, ਰੌਕੀ ਮੈਟਲ ਦੇ ਵਿੱਚ ਇੱਕ ਮੇਰਾ ਛੋਟਾ ਜਿਹਾ ਸੀਨ ਸੀਗਾ ਜਿੱਥੇ ਮੈਂ ਕਾਫੀ ਸਾਲਾਂ ਦੇ ਬਾਅਦ ਵਾਪਸ ਰਿੰਗ ਦੇ ਵਿੱਚ ਜਾਣਾ। ਮੇਰਾ ਜੂਨੀਅਰ ਮੈਨੂੰ ਕਹਿੰਦਾ ਕਿ ਸਰ ਸਟੂਡੈਂਟਸ ਤੁਹਾਨੂੰ ਯਾਦ ਕਰਦੇ ਰਹਿੰਦੇ ਆ, ਗੇਮ ਨੂੰ ਤੁਹਾਡੀ ਜ਼ਰੂਰਤ ਆ। ਮੇਰੀ ਇੱਕ ਹੀ ਲਾਈਨ ਆਉਂਦੀ ਆ ਕਿ ਗੇਮ ਨੂੰ ਤਾਂ ਸਾਰੀ ਜ਼ਿੰਦਗੀ ਦੇ ਦਿੱਤੀ। ਉਹ ਹੀ ਹਾਲਤ ਜਿਹੜੀ ਸਿਨੇਮੇ ਨੂੰ ਲੈ ਕੇ ਆ, ਮੈਂ 69 ਤੋਂ ਸਿਨੇਮੇ ਦਾ ਸਟੂਡੈਂਟ ਆ, ਔਰ ਜਿਹੜੇ ਪੰਜਾਬ ਦੇ ਵਿੱਚ ਬੋਂਬੇ ਤੋਂ ਪੰਜਾਬ ਵਾਪਸ ਆਉਣ ਤੋਂ ਪਹਿਲੀ ਜਿਹੜੀ ਕਾਲ ਮੈਨੂੰ ਆਈ ਉਹ ਪ੍ਰਿੰਸ ਦੀ ਸੀਗੀ, ਲੈਦਰ ਲਾਈਫ ਵਾਸਤੇ। ਉਸ ਤੋਂ ਬਾਅਦ ਸਾਰਾ ਕੁਛ ਚੱਲਦਾ ਜਾ ਰਿਹਾ, ਔਰ ਬੜੀ ਖੁਸ਼ੀ ਆ ਕਿ ਪੰਜਾਬੀ ਸਿਨੇਮਾ, ਮਤਲਬ ਜਿਹਨੂੰ ਸਿਨੇਮੇ ਨੂੰ ਐਜ਼ ਏ ਹੋਲ ਜਦੋਂ ਤੁਸੀਂ ਦਿਲੋਂ ਚਾਹੁੰਦੇ ਜੇ, ਔਰ ਖਾਸ ਕਰਕੇ ਪੰਜਾਬੀ ਤੁਹਾਡੀ ਮਾਂ ਬੋਲੀ ਜਿਹੜੀ, ਉਹਨੂੰ ਜਿਹਨੂੰ ਤੁਸੀਂ ਸ਼ਿੱਦਤ ਨਾਲ ਚਾਹੁੰਦੇ ਜੇ, ਉਹ ਸਿਨੇਮਾ ਗਰੋ ਕਰ ਰਿਹਾ ਹੋ, ਬਹੁਤ ਹੀ ਖੁਸ਼ੀ ਦੀ ਗੱਲ ਆ। ਸਾਡੇ ਕੋਲ 100 ਕਰੋੜ ਦੀ ਫਿਲਮ ਆ, ਸਾਡੇ ਕੋਲ ਚੇਤਾ ਸਿੰਘ ਵਰਗੀਆਂ ਐਕਸਪੈਰੀਮੈਂਟਲ ਫਿਲਮਾਂ ਵਾ, ਔਰ ਮੈਨੂੰ
ਪੰਜਾਬੀ ਸਿਨੇਮੇ ਦਾ ਜਿਹੜਾ ਭਵਿੱਖ ਆ ਬਹੁਤ ਹੀ ਚੰਗਾ ਲੱਗ ਰਿਹਾ। ਬਹੁਤ ਹੀ ਉਮੀਦਾਂ ਇਹਦੇ ਤੋਂ ਕਿ ਅਸੀਂ ਸਿਨੇਮਾ ਐਜ਼ ਏ ਹੋਲ, ਵਰਲਡ ਸਿਨੇਮਾ ਜਿਹੜਾ ਵਾ ਉਹਦੇ ਨਾਲ ਐਟ ਪਾਰ ਖੜੇ ਹੋਣ ਦੇ ਬਿਲਕੁਲ ਲਾਗੇ ਛਾਗੇ ਪਹੁੰਚ ਗਿਆ। ਇਹ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ। ਥੈਂਕ ਯੂ ਵੈਰੀ ਮਚ। ਜਿੰਨੀ ਵੀ ਮੀਡੀਆ ਇੱਥੇ ਹੈਗੀ ਹੈ, ਜਿੰਨਾ ਕਰਕੇ ਪ੍ਰੋਗਰਾਮ ਰੱਖਿਆ ਗਿਆ ਤੇ ਜਿੰਨਾ ਕਰਕੇ ਸਾਡੀਆਂ ਗੱਲਾਂ ਜਿਹੜੀਆਂ ਅੱਗੇ ਜਾਂਦੀਆਂ ਪਹੁੰਚਦੀਆਂ, ਤੇ ਜਿੰਨੇ ਵੀ ਲੋਕੀ ਇੱਥੇ ਆਏ ਹੋਏ ਨੇ ਸਾਰਿਆਂ ਦਾ ਧੰਨਵਾਦ। ਤੇ ਸਪੈਸ਼ਲ ਥੈਂਕਸ ਗਿੱਪੀ ਗਰੇਵਾਲ ਭਾਜੀ, ਜਿਹੜੇ ਸਾਰਿਆਂ ਨੂੰ ਹਮੇਸ਼ਾ ਸਪੋਰਟ ਕਰਦੇ ਸਾਨੂੰ ਨਜ਼ਰ ਆਉਣਗੇ ਹਰ ਸਟੇਜ 'ਤੇ। ਪ੍ਰਿੰਸ ਭਾਜੀ ਅਤੇ ਸਾਡੇ ਪ੍ਰੋਡਿਊਸਰ ਸਾਹਿਬ, ਜਿਨ੍ਹਾਂ ਬਗੈਰ ਇਹ ਗੱਡੀ ਚੱਲਣੀ ਨਹੀਂ ਸੀਗੀ, ਸੁਮਿਤ ਸਿੰਘ ਭਾਜੀ ਅਤੇ ਰਣਜੀਤ ਸਿੰਘ ਭਾਜੀ, ਸਾਗਰ ਸਟੂਡੀਓਜ਼ ਅਤੇ ਨਕਾਸ਼ ਫਿਲਮ ਤੋਂ ਪ੍ਰੋਡਕਸ਼ਨ ਤੋਂ ਇਹ ਫਿਲਮ ਆ ਰਹੀ ਹੈ ਜੀ ਚੇਤਾ ਸਿੰਘ, ਤੁਸੀਂ ਇਹਦੇ ਟੀਜ਼ਰ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ। ਇਹ ਫਿਲਮ ਇੱਕ ਡਿਫਰੈਂਟ ਕੈਰੈਕਟਰ ਦੀ ਹੈ, ਜਿਹੜਾ ਤੁਸੀਂ ਪੋਸਟਰ 'ਤੇ ਦੇਖ ਰਹੇ ਹੋ ਉਹ ਕਰੈਕਟਰ ਬੇਸਿਕਲੀ ਉਹਦਾ ਡਾਰਕ ਸਾਈਡ ਆ। ਤੁਸੀਂ ਉਹਦੀ ਜਿਹੜੀ ਪੋਜ਼ਿਟਿਵ ਸਾਈਡ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਤੁਹਾਨੂੰ, ਜਿੱਦਾਂ ਕਿ ਭਾਜੀ ਨੇ ਦੱਸਿਆ ਕਿ ਇਹ ਭੈਣ ਭਰਾ ਦੀ ਸਟੋਰੀ ਹੈ, ਇਹ ਫੈਮਿਲੀ ਫਿਲਮ ਆ, ਇਹਨੂੰ ਇਹ ਸਰਟੀਫਿਕੇਟ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਟ੍ਰੇਲਰ ਦੇ ਵਿੱਚ ਜਿਹੜੀ ਚੀਜ਼ਾਂ ਦੇਖੀਆਂ। ਅਤੇ ਸੈਂਸਰ ਵਾਲੀ ਗੱਲ ਜਿਹੜੀ ਭਾਜੀ ਨੇ ਗੱਲ ਕਹੀ ਹੈ, ਗਿੱਪੀ ਭਾਜੀ ਨੇ, ਉਹ ਸੇਮ ਚੀਜ਼ ਮੇਰੇ ਨਾਲ ਵੀ ਫੇਸ ਹੋਈ ਜਦੋਂ ਮੇਰਾ ਉਹਨਾਂ ਨਾਲ ਮੁਲਾਕਾਤ ਹੋਈ, ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਯਾਰ ਇਹ ਚੀਜ਼ਾਂ ਤਾਂ ਸਾਊਥ 'ਚ ਹੁੰਦੀਆਂ, ਤੁਸੀਂ ਪੰਜਾਬ 'ਚ ਇੱਦਾਂ ਦੀ ਮਤਲਬ ਮੂਵੀ, ਉੱਥੇ ਤਾਂ ਬਈ ਕੋਮੇਡੀ ਫਿਲਮਾਂ ਜਾਂ ਇੱਦਾਂ ਦੀ ਫਿਲਮਾਂ ਤੁਸੀਂ ਦੇਖਦੇ ਹੋ ਵੀ ਪੰਜਾਬ ਦੇ ਵਿੱਚ ਇੱਦਾਂ ਦੀ ਫਿਲਮਾਂ। ਮੈਂ ਉਹਨਾਂ ਨੂੰ ਗੱਲ ਕਹੀ, ਸਰ ਬਈ ਮੇਰੀ ਡੈਬਿਊ ਫਿਲਮ ਆ ਅਤੇ ਮੈਂ ਕੋਸ਼ਿਸ਼ ਕੀਤੀ ਕੁਛ ਡਿਫਰੈਂਟ ਕਰਨ ਦੀ, ਅਤੇ ਉਹੀ ਇਹਦੇ ਵਿੱਚ ਆਪਾਂ ਕੀਤਾ। ਇਹਦੇ ਵਿੱਚ ਕੋਈ ਵੀ ਇੱਦਾਂ ਦਾ ਵਾਇਲੈਂਟ ਸੀਨ ਇੱਦਾਂ ਦਾ ਨਹੀਂ ਹੈਗਾ ਜਿਹੜਾ ਅਸੀਂ ਫੈਮਿਲੀ ਨਾਲ ਬਹਿ ਕੇ ਨਹੀਂ ਦੇਖ ਸਕਦੇ, ਕਿਉਂਕਿ ਸਾਡੀ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਅਤੇ ਜੇ ਤੁਸੀਂ ਸਾਨੂੰ ਸਪੋਰਟ ਨਹੀਂ ਕਰੋਗੇ ਤਾਂ ਅਸੀਂ ਡਿਫਰੈਂਟ ਸਿਨੇਮਾ ਕਿੱਦਾਂ ਬਣਾਵਾਂਗੇ? ਬਈ ਇੱਕੋ ਜੋਨਰ ਦੀ ਫਿਲਮ ਆਪਾਂ ਕਰਦੇ ਰਹਾਂਗੇ ਤਾਂ ਆਡੀਅੰਸ ਨੂੰ ਡਿਫਰੈਂਟ ਸਿਨੇਮਾ ਦੇਖਣ ਨੂੰ ਕਦੋਂ ਕੁ ਮਿਲੂਗਾ? ਅਤੇ ਉਹਨਾਂ ਨੇ ਇਸ ਗੱਲ ਨੂੰ, ਮੈਨੂੰ ਇਹ ਗੱਲ ਕਹੀ ਕਿ ਬਈ ਮੈਂ ਤੁਹਾਡੀ ਇਸ ਗੱਲ ਨੂੰ ਮਤਲਬ ਮੈਂ ਮੰਨਦਾ, ਅਤੇ ਉਹਨਾਂ ਚੀਜ਼ਾਂ 'ਤੇ ਗੌਰ ਕੀਤਾ ਜਾ ਰਿਹਾ ਅਤੇ ਸਾਡੀ ਫਾਈਟ ਜਾਰੀ ਹੈ। ਅਤੇ ਬਾਕੀ ਗੱਲ ਇਹ ਹੈ ਕਿ ਫਿਲਮ ਤੁਸੀਂ ਵੇਖੋਗੇ ਤੁਹਾਨੂੰ ਮਜ਼ਾ ਆਊਗਾ, ਫਿਲਮ ਦੇਖ ਕੇ ਤੁਹਾਨੂੰ ਡਿਫਰੈਂਟ ਟਾਈਪ ਦਾ ਇਹਦੇ ਵਿੱਚ ਕਰੈਕਟਰ ਜਿਹੜਾ ਪ੍ਰਿੰਸ ਭਾਜੀ ਨੇ ਕੀਤਾ, ਅਤੇ ਭਾਜੀ ਨੇ ਤੁਹਾਨੂੰ, ਮੈਂ ਭਾਜੀ ਦੀ ਗੱਲ ਦੱਸਾਂ ਤਾਂ ਭਾਜੀ ਨੇ ਪੂਰੀ ਡੈਡੀਕੇਸ਼ਨ ਨਾਲ ਇਹ ਫਿਲਮ ਨੂੰ ਕੀਤਾ। ਅਤੇ ਕੁਛ ਸੀਨ ਇੱਦਾਂ ਦੇ ਵੀ ਹੈਗੇ ਜਿਹੜੇ ਮੈਂ ਤੁਹਾਨੂੰ ਦੱਸਾਂ, ਤਾਂ ਭਾਜੀ ਨੇ, ਮੈਂ ਇਹਨਾਂ ਨੂੰ ਗੱਲ ਕਹੀ ਸੀਗੀ ਭਾਜੀ ਮੈਨੂੰ ਇੱਦਾਂ ਦੀ ਰੋਲ ਲੁੱਕ ਚਾਹੀਦੀ, ਤੁਹਾਡੇ ਵਾਲ ਇੱਦਾਂ ਦੇ ਚਾਹੀਦੇ ਨੇ ਜਾਂ ਤੁਸੀਂ ਫਿਲਮ ਦੇ ਵਿੱਚ ਆਹ ਚੀਜ਼ ਕੈਰੀ ਕਰਨੀ ਹੈ। ਅਤੇ ਭਾਜੀ ਨੇ ਮੈਨੂੰ ਆ ਕੇ ਤੀਜੇ ਦਿਨ ਇਹ ਗੱਲ ਕਹੀ, ਮੈਂ ਕਿਹਾ ਭਾਜੀ ਤੁਹਾਡੇ ਵਾਲ ਮਤਲਬ ਤੁਸੀਂ ਲੁੱਕ ਇੰਨੀ ਜ਼ਿਆਦਾ ਮੇਨਟੇਨ ਕਰ ਰਹੇ ਹੋ, ਵੀ ਮੇਕਅਪ ਆਰਟਿਸਟ ਬਹੁਤ ਸੋਹਣਾ ਕੰਮ ਕਰ ਰਿਹਾ। ਅਤੇ ਮੈਨੂੰ ਇਹਨਾਂ ਦੀ ਜਿਹੜੇ ਮੈਨੇਜਰ ਨੇ ਚੀਮਾ ਬਾਈ, ਉਹਨਾਂ ਨੇ ਗੱਲ ਦੱਸੀ, ਕਹਿੰਦੇ ਭਾਜੀ ਨੇ ਵਾਲ ਨਹੀਂ ਧੋਏ ਚਾਰ ਦਿਨ, ਬਈ ਭਾਜੀ ਨਹਾਤੇ। ਅਤੇ ਮੈਨੂੰ ਉਹ ਗੱਲ, ਭਾਜੀ ਸੱਚੀ ਤੁਹਾਡੀ ਡੈਡੀਕੇਸ਼ਨ ਨੂੰ ਸਲਾਮ ਆ। ਸਾਰੀ ਟੀਮ ਜਪਜੀ ਮੈਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਇਹਦੇ ਵਿੱਚ, ਅਤੇ ਮਹਾਵੀਰ ਭੁੱਲਰ ਭਾਜੀ, ਜਿੰਨੇ ਵੀ ਸਾਡੀ ਸਾਰੀ ਕਾਸਟ ਹੈ, ਮੈਮ ਸਾਡੇ ਬੈਠੇ ਨੇ ਨੈਸ਼ਨਲ ਅਵਾਰਡ ਵਿਨਰ ਬਲਜਿੰਦਰ ਮੈਡਮ ਜੀ, ਲੇਕਿਨ ਡਿਫਿਕਲਟ ਸੀਗਾ ਸ਼ੂਟ ਜਿਹੜਾ ਅਸੀਂ ਕੀਤਾ, ਇਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗੀ। ਸੈੱਟ ਦੇ ਵੇਲੇ ਸਾਨੂੰ ਬਹੁਤ ਡਿਫਿਕਲਟੀਜ਼ ਆਈ ਵਿੰਟਰ ਕਰਕੇ ਵੀ, ਅਤੇ ਸਾਡਾ ਜਿਹੜਾ ਸੈਟਅਪ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ, ਹੱਡਾ ਰੂੜੀ ਦਾ ਜਿਹੜਾ ਸੈਟਅਪ ਕ੍ਰੀਏਟ ਕੀਤਾ, ਸਾਡੀ ਆਰਟ ਡਾਇਰੈਕਸ਼ਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਇਹਦੇ ਵਿੱਚ, ਅਤੇ ਸਾਰਿਆਂ ਨੂੰ ਥੈਂਕਸ ਜੀ। ਫਿਰ ਲਾਸਟ ਟਾਈਮ ਕਹਿ ਰਹੇ ਕਿ ਗਿਫਟ ਦੀ ਗੱਲ ਕਹੀ ਆ, ਜਿਹੜੀ ਵੀ ਇਹ ਸੈਂਸਰ ਵਾਲੀ ਗੱਲ ਆ, ਇਹ ਸਰਟੀਫਿਕੇਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਡਲਟ ਮੂਵੀ ਜਿਹੜੀ ਅਸੀਂ ਦੇਖਦੇ ਅਤੇ ਸੁਣ ਕੇ ਸਾਡੇ ਕੰਨ ਖੜੇ ਹੁੰਦੇ ਕਿ ਅਡਲਟ ਮੂਵੀ ਆ। ਕੁਛ ਸੀਨ ਇੱਦਾਂ ਦੇ ਹੈਗੇ ਆ ਜਿਹੜੇ ਉਹਨਾਂ ਨੂੰ ਲੱਗੇ ਕਿ ਇਹ ਇੱਦਾਂ ਦੇ ਹੈ, ਬਟ ਉਹ ਹੈ ਨਹੀਂ ਇੱਦਾਂ ਦੇ, ਉਹਦੇ ਵਿੱਚ ਬਲੱਡ ਹੈ, ਬਲੱਡ ਦੇ ਸ਼ੋਟਸ ਨੇ। ਅਤੇ ਉਹ ਤਾਂ ਆਪਾਂ ਆਮ ਫਿਲਮਾਂ 'ਚ ਦੇਖਦੇ, ਕਿੰਨੀ ਫਿਲਮਾਂ ਆ ਰਹੀਆਂ ਜਿਹੜੀਆਂ UAE ਦੇ ਨਾਲ ਰਿਲੀਜ਼ ਹੋ ਰਹੀਆਂ, ਸਾਊਥ ਦੀ ਮੂਵੀ ਹੈ, ਬਾਲੀਵੁੱਡ ਦੀ ਮੂਵੀ ਹੈ, ਅਤੇ ਅਸੀਂ ਵੀ ਉਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਥੈਂਕ ਯੂ ਸੋ ਮੱਚ ਸਾਰਿਆਂ ਦਾ, ਤੁਹਾਡਾ ਸਾਰਿਆਂ ਦਾ, ਤੁਸੀਂ ਆਏ ਅਤੇ ਤੁਸੀਂ ਦੇਖ ਰਹੇ ਹੋ, ਥੈਂਕ ਯੂ ਸੋ ਮੱਚ। ਆ ਮੈਮ ਤੁਸੀਂ ਅੱਛਾ, ਹੁਣ ਵੀਰੇ ਤੁਸੀਂ ਆਏ ਨਹੀਂ, ਕਹਿ ਦੇਣਾ ਵੀ ਇਹ ਸਰਟੀਫਿਕੇਟ ਮਿਲ ਗਿਆ, ਉਹ ਉੱਥੇ ਲਾਇਆ ਹੋਇਆ ਜਿਹੜੇ ਉਹਨਾਂ ਨੇ ਕੱਟ ਦਿੱਤੇ ਸੀ, ਉਹਨਾਂ ਨੂੰ ਸੈੱਟ ਕਰਕੇ ਵਾਹਿਗੁਰੂ ਮਿਹਰ ਰੱਖੇ ਉਸਤਾਦ ਜੀ ਪਹੁੰਚ ਚੁੱਕੇ ਹਨ, ਅਤੇ
ਆਪਾਂ ਯੂਏ ਲੈ ਲੈਣਾ। ਅੱਛਾ ਇੱਕ ਮੈਂ ਹੋਰ ਕਹੂੰਗਾ, ਡਾਇਰੈਕਟਰ ਸਾਹਿਬ ਕਹਿੰਦੇ ਵੀ ਪ੍ਰਿੰਸ ਭਾਈ ਨੇ ਬਹੁਤ, ਪ੍ਰਿੰਸ ਨੇ ਮਿਹਨਤ ਕੀਤੀ ਵੀ ਇਹ ਚਾਰ ਦਿਨ ਨਹਾਤਾ ਨੀ। ਇਹ ਮਿਹਨਤ ਥੋੜੀ ਹੈ ਇਹਦੇ 'ਚ, ਮਿਹਨਤ ਤਾਂ ਇਹਨੂੰ ਕਰਨੀ ਪੈ ਰਹੀ ਆ। ਹੁਣ ਇੱਕ ਫਿਲਮ ਮੇਰੇ ਨਾਲ ਹੀ ਕਰ ਰਿਹਾ ਵਾ, ਉਹ ਜਿਹਨੂੰ ਇੰਨੀ ਮਿਹਨਤ ਕਰਨੀ ਪੈ ਰਹੀ ਹੈ, ਰੋਜ਼ ਆਉਂਦਾ ਵਾ, ਮੈਨੂੰ ਕਹੀ ਜਾਂਦਾ ਮੈਂ ਠੀਕ ਲੱਗਦਾ। ਮੈਂ ਕਿਹਾ ਹਾਂ, ਉਹਦੇ 'ਚ ਇਹਨੂੰ ਬਹੁਤ ਮੇਕਅਪ ਕਰਕੇ ਸੋਹਣਾ ਜਿਹਾ ਬਣਾ ਕੇ ਲਿਆਉਂਦੇ ਆ। ਕਹਿੰਦਾ ਮੈਨੂੰ ਤਾਂ ਰੋਲ ਹੀ ਪਹਿਲੀ ਵਾਰੀ ਮਿਲਿਆ ਵਾ, ਕਹਿੰਦਾ ਮੈਨੂੰ ਕੱਪੜੇ ਵਧੀਆ ਦਿੱਤੇ ਜਾ ਰਹੇ ਨੇ, ਮੇਰੀਆਂ ਅਚਕਨਾਂ ਉਚਕਨਾਂ ਪਵਾਦੀਆਂ ਇਹਦੇ, ਹੈਨਾ। ਕਹਿੰਦਾ ਮੈਨੂੰ ਸੈੱਟ ਨੀ ਲੱਗ ਰਿਹਾ, ਸੋ ਇਸ ਰੋਲ 'ਚ ਤਾਂ ਇਹ ਪਰਫੈਕਟ ਆ। ਸਾਰਿਆਂ ਨੇ ਇਹ ਆਪਾਂ ਮਿਲ ਜਾਣਾ, ਵਾਹਿਗੁਰੂ ਮੇਰ ਰੱਖੇ, ਹੁਣ ਟਾਈਮ ਹੈਗਾ ਆਪਣੇ ਕੋਲ, ਤੇ ਇਹ ਲੈ ਲੈਣਾ ਆਪਾਂ ਉਹ ਘੱਟ ਘੁੱਟ ਜਿਹੜੇ ਮਾੜੇ ਮੋਟੇ ਹੁੰਦੇ, ਵੀ ਤੁਸੀਂ ਇਸ ਗੱਲ 'ਚ ਨਾ ਲਾਇਓ ਵੀ ਇਹ ਮਿਲ ਗਿਆ ਨਾ, ਉਹ ਕੁਛ ਨੀ, ਕੱਲ ਨੂੰ ਯੂਏ ਲੈ ਲੈਣਾ ਆਪਾਂ। ਪੋਜ਼ਿਟਿਵ ਆ, ਉਮੀਦ ਆ। ਜਿਵੇਂ ਇੱਕ ਕਹਿੰਦੇ ਸੀ ਨਾ ਵੀ ਪਿੰਡ ਦੇ ਵਿੱਚ ਅਨਾਊਂਸਮੈਂਟ ਹੋਈ ਵੀ ਇੱਕ ਕਾਫੀ ਸੋਰੀ ਪਿੰਡ ਦੇ ਵਿੱਚ ਅਨਾਊਂਸਮੈਂਟ ਹੋਈ ਵੀ ਕਾਫੀ ਸਮੇਂ ਤੋਂ ਮੀਂਹ ਨਹੀਂ ਪਿਆ, ਵੀ ਭਾਈ ਸਾਰੇ ਜਾਣੇ ਕੱਲ ਨੂੰ ਆਉਣ, ਅਰਦਾਸ ਕਰਨ, ਗੱਲ ਸੁਣ ਲਓ, ਹੁਣ ਕੋਕ ਥੋੜੀ ਪੀਣੀ ਆ, ਗੱਲ ਸੁਣ ਲਓ। ਪਿੰਡ ਦੇ ਵਿੱਚ ਅਨਾਊਂਸਮੈਂਟ ਹੋਈ ਵੀ ਮੀਂਹ ਨਹੀਂ ਪਿਆ, ਕੱਲ ਨੂੰ ਸਾਰੇ ਜਾਣੇ ਭਾਈ ਫਲਾਨੇ ਗਰਾਊਂਡ 'ਚ ਇਕੱਠੇ ਹੋ, ਉੱਥੇ ਆਪਾਂ ਅਰਦਾਸ ਕਰਨੀ। ਸਾਰਾ ਪਿੰਡ ਪਹੁੰਚਿਆ ਹੋਇਆ ਸੀਗਾ, ਇੱਕ ਜਵਾਕ ਰੌਲਾ ਪਾਉਂਦਾ ਪਿਆ ਸੀ ਵੀ ਮੈਂ ਜਾਣਾ, ਉਹਦਾ ਪਿਓ ਨਾਲ ਨਹੀਂ ਲੈ ਕੇ ਗਿਆ, ਤੇ ਸਾਰਾ ਪਿੰਡ ਖੜਾ ਸੀ। ਜਦੋਂ ਉਹ ਜਵਾਕ ਰਿਹਾੜ ਕਰਕੇ ਗਿਆ, ਸਾਰਾ ਪਿੰਡ ਖਾਲੀ ਹੱਥ ਗਿਆ ਸੀ, ਉਹਦੇ ਹੱਥ 'ਚ ਛਤਰੀ ਸੀਗੀ ਵੀ ਜਦੋਂ ਵਾਪਸ ਆਊਂਗਾ ਤਾਂ ਬਾਰਿਸ਼ ਹੋ, ਠੀਕ ਹੈ। ਸੋ ਉਹ ਉਮੀਦ ਆਪਣੇ ਕੋਲ, ਆਪਾਂ ਲੈ ਲੈਣਾ ਯੂਏ। ਸਤਿ ਸ਼੍ਰੀ ਅਕਾਲ ਸਾਰਿਆਂ ਦਾ। ਸਭ ਤੋਂ ਪਹਿਲਾਂ ਕਿਵੀ ਭਾਜੀ, ਥੈਂਕ ਯੂ ਸੋ ਮਚ ਅਗੇਨ ਫੋਰ ਕ੍ਰੀਏਟਿੰਗ ਦਾ ਓਕੇਜ਼ਨ, ਥੈਂਕ ਯੂ। ਸੋ ਜਿੱਦਾਂ ਭਾਜੀ ਨੇ ਸੈਂਸਰ ਦੀ ਗੱਲ ਕੀਤੀ, ਮੈਂ ਗੱਲ ਸਾਹਮਣੇ ਰੱਖੂ ਭਾਜੀ, ਆਸਟ੍ਰੇਲੀਆ ਵੀ ਆਪਾਂ ਸੈਂਸਰ ਕਰਾਇਆ, ਜਿੱਦਾਂ ਟ੍ਰੇਲਰ ਕਰਾਇਆ ਸੈਂਸਰ, ਯੂਕੇ ਵੀ ਕਰਾਇਆ, ਕੈਨੇਡਾ ਵੀ ਕਰਾਇਆ। ਕੈਨੇਡਾ ਵੀ ਸਾਨੂੰ ਇਹ ਨਹੀਂ ਮਿਲਿਆ, ਉੱਥੇ 14 ਮਿਲਿਆ, ਆਸਟ੍ਰੇਲੀਆ ਵੀ ਕਰਾਇਆ ਅਤੇ 15 ਮਿਲਿਆ। ਸੋ ਉਹ ਮਿਲਣ ਕਰਕੇ ਉਹ ਸਾਰੀ ਫਿਲਮਾਂ ਨਾਲ ਅਟੈਚ ਹੋ ਰਿਹਾ, ਜੋ ਅਗਲੇ ਹਫ਼ਤੇ ਹਨ ਫਿਲਮਾਂ ਨੇ ਉਹਨਾਂ ਨਾਲ ਉਹ ਪਲੇ ਹੋ ਰਿਹਾ। ਇੰਡੀਆ ਯੈਸ, ਆਪਾਂ ਨੂੰ ਕੋਈ ਡਿਫੀਕਲਟੀ ਆ ਰਹੀ ਹੈ ਕਿ ਟ੍ਰੇਲਰ ਨੂੰ 18 ਮਿਲਿਆ, ਪਰ ਜਿੱਦਾਂ ਭਾਜੀ ਨੇ ਕਿਹਾ ਕਿ ਆਪਾਂ ਯੂਏ ਲੈ ਲੈਣਾ, ਯੂਏ ਲੈ ਲੈਣਾ। ਸੋ ਐਜ਼ ਅ ਸਾਗਰ ਸਟੂਡੀਓ ਵੀ ਆਰ ਐਕਸਾਈਟਿਡ ਕਿ ਆਪਾਂ ਇਸ ਫਿਲਮ ਨਾਲ ਜੁੜੇ ਹਾਂ, ਆਪਾਂ ਭਾਜੀ ਨਾਲ ਕੰਮ ਕਰ ਰਹੇ ਹਾਂ, ਅਤੇ ਐਂਡ ਵੀ ਆਰ ਰਿਲੀਜ਼ਿੰਗ ਦਿਸ ਫਿਲਮ ਵਰਲਡ ਵਾਈਡ। Approximately, we are releasing this film in 10 countries, including India. And so, Pari, when the film will release, we will share the film with Pari Cinema Listing. Thank you. Thank you, Pari. Thank you, Pari. ਮੈਂ ਵੀ ਇਹ ਮੇਰੇ ਕੰਨ 'ਚ ਪਿਆ ਸੀਗਾ ਟੀਜ਼ਰ ਨੂੰ ਦੇਖ ਕੇ, ਕੁਛ ਲੋਕਾਂ ਨੇ ਕਿਹਾ ਕਿ ਸ਼ਾਇਦ ਇਹ ਕੁਛ ਇਹਦੇ ਵਿੱਚ ਵਾਇਲੈਂਸ ਹੈ। ਮੈਂ ਉਹਨਾਂ ਨੂੰ ਐਕਸਪਲੇਨ ਕੀਤਾ ਕਿ ਐਸਾ ਕੁਛ ਵੀ ਨਹੀਂ ਹੈ। ਤੁਹਾਨੂੰ ਵੀ ਮੈਂ ਇਹੀ ਕਹਿਣਾ ਚਾਹਾਂਗੀ, ਇਹ ਬਹੁਤ ਸੈਂਸਿਟਿਵ ਸਟੋਰੀ ਹੈ, ਫੈਮਿਲੀ ਫਿਲਮ ਹੈ, ਕੁਛ ਵੀ ਐਸਾ ਨਹੀਂ ਹੈ ਜੋ ਕਈ ਲੋਕਾਂ ਨੇ ਮੈਨੂੰ ਕਰ ਲਿਆ ਆ ਜਾਂ ਜੋ ਵੀ ਸਰਟੀਫਿਕੇਟ ਬਾਰੇ ਸੋਚਣਗੇ, ਐਸਾ ਕੁਛ ਵੀ ਨਹੀਂ ਹੈ। ਬਹੁਤ ਮੈਂ ਕਹਿੰਦੀ ਹਾਂ, ਮੈਂ ਲਾਈਫ 'ਚ ਜਿੰਨੀਆਂ ਫਿਲਮਾਂ ਕੀਤੀਆਂ, ਇਹ ਮੇਰੀ ਐਸੀ ਫਿਲਮ ਹੈ ਜਿਹਦੇ ਵਿੱਚ ਮੈਂ ਆਪਣੇ ਕੈਰੈਕਟਰ ਨੂੰ ਬਹੁਤ ਇੰਜੋਏ ਕੀਤਾ। ਮੈਨੂੰ ਲੱਗਿਆ ਕਿ ਮੈਨੂੰ ਐਕਸਪਲੋਰ ਕਰਨ ਦਾ ਮੌਕਾ ਮਿਲਿਆ ਇਹਦੇ ਵਿੱਚ, ਔਰ ਸਾਰੇ ਇੱਕ ਇੱਕ ਐਕਟਰ ਨੇ ਆਪਣਾ 100% ਦਿੱਤਾ ਆ। ਔਰ ਮੈਂ ਕਹਿੰਦੀ ਹਾਂ ਕਿ ਇਹ ਬੈਸਟ ਫਿਲਮ ਨਿਕਲ ਕੇ ਸਾਹਮਣੇ ਆਏਗੀ, ਬਹੁਤ ਅੱਛੀ ਫਿਲਮ ਹੈ। ਇਹਦੇ ਬਾਰੇ ਕੋਈ ਵੀ ਗਲਤ ਫਹਿਮੀ ਵਿੱਚ ਨਾ ਰਹੇ, ਪਹਿਲਾਂ ਫਿਲਮ ਨੂੰ ਦੇਖਣਾ, ਫਿਰ ਉਹਦੇ ਬਾਰੇ ਕੋਈ ਜਜਮੈਂਟ ਦੇਣਾ। ਬਹੁਤ ਅੱਛੀ ਫਿਲਮ ਹੈ, ਜ਼ਰੂਰ ਦੇਖੋ। ਔਰ ਬਾਕੀ ਜਿੱਥੋਂ ਤੱਕ ਮੀਡੀਆ ਦੀ ਗੱਲ ਹੈ, ਮੀਡੀਆ 'ਚ ਬਹੁਤ ਤਾਕਤ ਹੈ, ਇਹ ਮੈਂ ਕਈ ਸਾਲਾਂ ਤੋਂ ਐਕਸਪੀਰੀਅੰਸ ਕਰ ਰਹੀ ਹਾਂ ਕਿ ਮੀਡੀਆ 'ਚ ਬਹੁਤ ਤਾਕਤ ਹੈ, ਕਿਹਨੂੰ ਕਿੱਥੇ ਤੱਕ ਪਹੁੰਚਾਉਣਾ ਆ ਉਹ ਵੀ ਕਾਫੀ ਹੱਦ ਤੱਕ ਤੁਹਾਡੇ ਹੱਥ 'ਚ ਆ। ਜੇ ਮੈਨੂੰ ਅੱਜ ਬਾਰ ਬਾਰ ਕਹਿਣਾ ਪੈਂਦਾ ਮੈਂ ਨੈਸ਼ਨਲ ਅਵਾਰਡੀ ਹਾਂ, ਜਾਂ ਲੋਕਾਂ ਨੂੰ ਮੇਰੇ ਫਰੈਂਡਸ ਨੂੰ ਦੱਸਣਾ ਪੈਂਦਾ ਹੈ ਮੈਡਮ ਨੈਸ਼ਨਲ ਅਵਾਰਡੀ ਹੈ, ਤਾਂ ਉੱਥੇ ਮੈਨੂੰ ਲੱਗਦਾ ਕਿ ਜਦੋਂ ਮੈਨੂੰ ਨੈਸ਼ਨਲ ਅਵਾਰਡ ਮਿਲ, ਲੋਕਾਂ ਨੂੰ ਛੋਟਾ ਜਿਹਾ ਅਵਾਰਡ ਇੱਕ ਮਿਲਦਾ ਨਾ, ਤਾਂ ਇੰਨੀ ਪਬਲਿਸਿਟੀ ਹੁੰਦੀ ਹੈ। ਮੈਨੂੰ ਨੈਸ਼ਨਲ ਅਵਾਰਡ ਮਿਲਿਆ ਸੀਗਾ
ਪੰਜਾਬ ਚ ਕਿਸੇ ਨੂੰ ਨਹੀਂ ਪਤਾ ਮਤਲਬ ਉਦੋਂ ਤੁਹਾਨੂੰ ਜੇ ਤੁਸੀਂ ਉਦੋਂ ਥੋੜਾ ਜਿਹਾ ਮਤਲਬ ਮੀਡੀਆ ਵੱਲੋਂ ਮਾੜਾ ਜਿਹਾ ਐਫਰਟ ਹੋਇਆ ਹੁੰਦਾ ਕਿ ਸਾਡੇ ਪੰਜਾਬ ਦੀ ਇੱਕ ਫੀਮੇਲ ਨੂੰ ਨੈਸ਼ਨਲ ਅਵਾਰਡ ਮਿਲਿਆ ਤਾਂ ਸ਼ਾਇਦ ਅੱਜ ਮੇਰੀ ਜਗ੍ਹਾ ਕਿਤੇ ਹੋਰ ਹੁੰਦੀ ਜਿਸ ਲੈਵਲ 'ਤੇ ਅੱਜ ਹਾਂ ਸ਼ਾਇਦ ਮੈਂ ਪਹਿਲਾਂ ਹੁੰਦੀ ਇਹ ਮੈਂ ਜੇ ਇੱਥੇ ਤੱਕ ਅੱਜ ਪਹੁੰਚੀ ਹਾਂ ਤਾਂ ਸ਼ਾਇਦ ਮੈਨੂੰ ਜਿੰਨਾ ਵੀ ਕੰਮ ਮਿਲਦਾ ਰਿਹਾ ਉਹ ਤਾਂ ਬਹੁਤ ਮਿਹਨਤ ਕਰ ਕਰਕੇ ਥੋੜ੍ਹੇ ਜਿਹੇ ਲੋਕ ਮੈਨੂੰ ਜਾਣਨ ਲੱਗੇ ਆ ਜੇ ਅਸੀਂ ਕਹੀਏ ਕਿ ਮੈਨੂੰ ਆਪਣੇ ਮੀਡੀਆ ਨੇ ਉਸ ਵਕਤ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਨੈਸ਼ਨਲ ਅਵਾਰਡ ਸਾਡੇ ਪੰਜਾਬ 'ਚ ਕਿਸੇ ਨੂੰ ਮਿਲਿਆ ਤਾਂ ਮੈਨੂੰ ਬੜਾ ਫਾਇਦਾ ਹੁੰਦਾ ਇਹਦਾ ਚਲੋ ਕੋਈ ਗੱਲ ਨਹੀਂ ਦੇਰ ਆਏ ਦਰੁਸਤ ਆਏ ਹੁਣ ਜਦੋਂ ਮੀਡੀਆ ਵਾਲੇ ਮੇਰੇ ਨਾਲ ਗੱਲ ਕਰਦੇ ਆ ਤਾਂ ਉਹ ਆਪਣੇ ਮੂੰਹ 'ਚੋਂ ਕਹਿੰਦੇ ਆ ਕਿ ਤੁਸੀਂ ਨੈਸ਼ਨਲ ਅਵਾਰਡ ਹੀ ਹੋ ਅਤੇ ਇਹ ਇੱਕ ਛੋਟਾ ਜਿਹਾ ਗਿਲਾ ਹੈ ਮੈਨੂੰ ਕਿ ਜੇ ਛੋਟੇ ਜਿਹੇ ਅਵਾਰਡ ਲਈ ਇੰਨੀ ਪਬਲਿਸਿਟੀ ਹੋ ਸਕਦੀ ਹੈ ਤਾਂ ਨੈਸ਼ਨਲ ਅਵਾਰਡ ਤਾਂ ਬਹੁਤ ਵੱਡਾ ਅਵਾਰਡ ਹੈ ਰਾਸ਼ਟਰਪਤੀ ਅਵਾਰਡ ਅਤੇ ਸ਼ਾਇਦ ਮੈਨੂੰ ਪਤਾ ਨਹੀਂ ਇਹ ਮੌਕਾ ਇਹ ਗੱਲ ਕਰਨ ਦਾ ਹੈ ਕਿ ਨਹੀਂ ਹੈ ਲੇਕਿਨ ਮੈਂ ਕਹਿਣਾ ਇਹ ਚਾਹੁੰਦੀ ਹਾਂ ਮੇਰਾ ਐਕਸਪੀਰੀਅੰਸ ਹੈ ਕਿ ਮੀਡੀਆ 'ਚ ਕਿੰਨੀ ਤਾਕਤ ਹੈ ਅਤੇ ਮੀਡੀਆ ਕੁਛ ਵੀ ਕਰ ਸਕਦਾ ਹੈ ਅਤੇ ਮੇਰੀ ਗੱਲ ਨੂੰ ਕੋਈ ਵੀ ਬੁਰਾ ਨਾ ਮੰਨੇ ਇਹ ਰਿਐਲਿਟੀ ਹੈ ਅਤੇ ਹੁਣ ਵੀ ਮੈਂ ਰਿਕੁਐਸਟ ਕਰਦੀ ਹਾਂ ਕਿ ਇਸ ਫਿਲਮ ਨੂੰ ਪੂਰਾ ਸਪੋਰਟ ਕਰਨਾ ਤੁਹਾਡੀ ਸਪੋਰਟ ਨਾਲ ਬਹੁਤ 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 ਫਾਇਦਾ ਹੋਏਗਾ ਇਸ ਫਿਲਮ ਨੂੰ ਕਿਉਂਕਿ ਫਿਲਮ ਅੱਛੀ ਹੈ ਕਈ ਵਾਰੀ ਬਹੁਤ ਅੱਛੀਆਂ ਫਿਲਮਾਂ ਪਬਲਿਸਿਟੀ ਦੀ ਵਜ੍ਹਾ ਨਾਲ ਰਹਿ ਜਾਂਦੀਆਂ ਜਲਦੀ ਉਤਰ ਜਾਂਦੀਆਂ ਮੈਨੂੰ ਲੱਗਦਾ ਹੈ ਕਿ ਜੇ ਅੱਛੀ ਫਿਲਮ ਨੂੰ ਚੰਗੀ ਤਰ੍ਹਾਂ ਪ੍ਰਮੋਸ਼ਨ ਮਿਲ ਜਾਏ ਤਾਂ ਫਿਲਮ ਬਹੁਤ ਅੱਛੇ ਲੈਵਲ 'ਤੇ ਕੰਮ ਕਰ ਸਕਦੀ ਹੈ ਥੈਂਕ ਯੂ ਸੋ ਮਚ ਪ੍ਰਮੋਸ਼ਨ ਤਾਂ ਪੈਸਾ ਤੇ ਲਾਉਣਾ ਨੀ ਲਾਉਣਾ ਉਹ ਨਾਲ ਹੀ ਬੈਠੇ ਉਹ ਕਹਿੰਦੇ ਲਾ ਦੇਣੇ ਆਪਾਂ ਵੱਟ ਕਰ ਦੇਣੇ ਵੱਟ ਤੇ ਰਹੀ ਗੱਲ ਮੈਡਮ ਦੀ ਨੈਸ਼ਨਲ ਅਵਾਰਡ ਦੀ ਮੈਡਮ ਚਲੋ ਨਹੀਂ ਕਿਸੇ ਨੇ ਗੱਲ ਕੀਤੀ ਪਰ ਤੁਸੀਂ ਇੱਕ ਸੀਨ ਕਰਕੇ ਦੱਸ ਦਿੰਦੇ ਆ ਵੀ ਮੈਂ ਹੈਗੀ ਹਾਂ ਵਾਰਨਿੰਗ ਦਾ ਤੁਸੀਂ ਨਾਂ ਨਹੀਂ ਲਿਆ ਮੈਨੂੰ ਤੁਹਾਡੇ ਤੇ ਗਿਲਾ ਵਾਰਨਿੰਗ ਦੇ ਵਿੱਚ ਇੱਕ ਸੀਨ ਹੈ ਉਹ ਜਦੋਂ ਉੱਥੇ ਬੈਠੀ ਹੈ ਪੰਮੇ ਦੇ ਨਾਲ ਮੈਂ ਤੁਹਾਨੂੰ ਦੱਸਦਾ ਵਾਰਨਿੰਗ ਤੁਸੀਂ ਸਾਰਿਆਂ ਨੇ ਦੇਖੀ ਆ ਮੈਂ ਕੱਲ੍ਹ ਵਾਰਨਿੰਗ 2 ਦੇਖੀ ਆ ਜਿਹੜਾ ਉਹਦੇ 'ਚ ਤੁਹਾਡਾ ਸੀਨ ਹੈ ਨਾ ਤੁਸੀਂ ਬਿਲੀਵ ਕਰਿਓ ਉਹ ਤੁਹਾਡੀ ਲਾਈਫ ਦਾ ਵੀ ਬੈਸਟ ਸੀਨ ਹੈ ਇਹਦੀ ਲਾਈਫ ਦਾ ਵੀ ਬੈਸਟ ਸੀਨ ਸੋ ਇੰਨਾ ਕੁ ਜ਼ਿਆਦਾ ਵਧੀਆ ਪਰਫੋਰਮ ਕੀਤਾ ਔਰ ਵਾਰਨਿੰਗ 2 ਇੱਕ ਮੇਰੀ ਲਾਈਫ ਦੀ ਵੀ ਇੱਦਾਂ ਦੀ ਫਿਲਮ ਆ ਵੀ ਜਿਹਨੂੰ ਦੇਖ ਕੇ ਮੈਂ ਬਹੁਤ ਇੰਜੋਏ ਵੀ ਕੀਤਾ ਔਰ ਮੈਂ ਰੋਇਆ ਵੀ ਔਰ ਮੈਂ ਇਹਨੂੰ ਫੋਨ ਕੀਤਾ ਔਰ ਫਿਰ ਮੈਂ ਸੈੱਟ ਦੇ ਉੱਤੇ 3 ਦਿਨ ਆਹੀ ਟੌਪਿਕ ਚੱਲਿਆ ਮੈਂ ਕਿਹਾ ਯਾਰ ਤੂੰ ਵਧੀਆ ਸੀ ਤੂੰ ਇੰਨਾ ਵਧੀਆ ਹੈ ਮੈਨੂੰ ਹੁਣ ਪਤਾ ਲੱਗਿਆ ਸੋ ਤੁਸੀਂ ਜ਼ਰੂਰ ਕਿਉਂਕਿ ਕੁਛ ਕੁ ਐਕਟਰ ਇੱਦਾਂ ਦੇ ਹੁੰਦੇ ਆ ਤੁਹਾਨੂੰ ਉਹ ਸਿਨੇਮੇ 'ਤੇ ਦੇਖਣੇ ਚਾਹੀਦੇ ਨੇ ਇਹ ਗੱਲਾਂ ਛੱਡ ਕੇ ਇਹਨਾਂ ਦੀ ਹੈਲੋ ਇਹ ਗੱਲ ਛੱਡ ਕੇ ਕਿ ਫਿਲਮ ਕਿੱਦਾਂ ਦੀ ਹੋਊਗੀ ਉਹਨਾਂ ਨੂੰ ਦੇਖ ਕੇ ਹੀ ਆਪਾਂ ਇੰਜੋਏ ਕਰਦੇ ਹਾਂ ਸੋ ਮੇਰੇ ਕਈ ਫੇਵਰੇਟ ਐਕਟਰ ਨੇ ਜਿਹਨਾਂ ਨੂੰ ਮੈਂ ਪ੍ਰਿੰਸ ਨੂੰ ਮੈਂ ਇੰਜੋਏ ਕਰਦਾ ਸਕਰੀਨ ਦੇ ਉੱਤੇ ਮੈਨੂੰ ਉੱਥੇ ਹੀ ਤੁਰਿਆ ਫਿਰਿਆ ਜਾਂਦਾ ਗੱਲਾਂ ਕਰਦਾ ਪਰਫੋਰਮ ਕਰਦਾ ਇਹ ਵਧੀਆ ਲੱਗਦਾ ਸੋ ਜ਼ਰੂਰ ਸਪੋਰਟ ਕਰਿਓ ਜੀ ਔਰ ਬਿਲਕੁਲ ਇਸ ਚੀਜ਼ ਨੂੰ ਆਪਾਂ ਇਹ ਜਿਹੜੀ ਆਪਾਂ ਸੈਂਸਰ ਵਾਲੀ ਟੌਕ ਵੀ ਸ਼ੁਰੂ ਕੀਤੀ ਹੈ ਸ਼ੁਰੂ ਤੋਂ ਉਹ ਆਪਾਂ ਕੱਲ੍ਹ ਦੀ ਉਹਦੇ 'ਚ ਨਹੀਂ ਲਾਉਣੀ ਹੈਗੀ ਉਹ ਬਾਅਦ ਵਿੱਚ ਆਪਾਂ ਇਸ ਵਿਸ਼ੇ ਨੂੰ ਚੱਕਾਂਗੇ ਵੀ ਆਪਾਂ ਸੈਂਸਰ ਇੱਥੇ ਹੀ ਬਣੇ ਸਾਡੇ ਆਪਣੇ ਬੰਦੇ ਇੱਥੇ ਹੋਣ ਜਿਹੜੇ ਫਿਲਮਾਂ ਦੇਖਣ ਫਿਲਮ ਦਾ ਪਲੱਸ ਮਾਈਨਸ ਕੱਢਣ ਚੰਗੀ ਚੀਜ਼ ਨੂੰ ਪਲੱਸ ਕਰਨ ਬੁਰੀ ਨੂੰ ਮਾਈਨਸ ਕਰਨ ਇੱਥੇ ਦੇ ਬੰਦੇ ਹੋਣ ਉੱਥੇ ਜਾ ਕੇ ਕਈ ਵਾਰੀ ਆਪਾਂ ਚੀਜ਼ਾਂ ਕਰਦੇ ਹਾਂ ਤਾਂ ਉਹ ਕਈ ਵਾਰੀ ਵਿਤਕਰੇ ਹੋ ਜਾਂਦੇ ਆ ਉਹ ਚੀਜ਼ਾਂ ਨੂੰ ਆਪਾਂ ਹੌਲੀ ਹੌਲੀ ਅੱਗੇ ਐਗਜੀਕਿਊਟ ਕਰਾਂਗੇ ਸੋ ਥੈਂਕ ਯੂ ਸੋ ਮਚ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਥੈਂਕ ਯੂ ਫੋਰ ਕਮਿੰਗ ਹੇਅਰ ਮੈਂ ਸਟਾਰਟ ਕਰਾਂਗੀ ਨਹੀਂ ਤਾਂ ਫਿਰ ਸਾਡਾ ਪੰਮਾ ਬੋਲੇਗਾ ਕਿ ਵਾਰਨਿੰਗ ਦੀ ਗੱਲ ਨਹੀਂ ਕੀਤੀ ਮੇਰਾ ਡੈਬਿਊ ਹੋਇਆ ਸੀਗਾ ਵਾਰਨਿੰਗ 'ਚ ਗਿੱਪੀ ਸਰ ਵੀ ਇੱਥੇ ਬੈਠੇ ਨੇ ਮੈਨੂੰ ਫਸਟ ਟਾਈਮ ਓਪਰਚੁਨਿਟੀ ਸਰ ਨੇ ਹੀ ਦਿੱਤੀ ਸੀਗੀ ਅਤੇ ਆਈ ਵੁੱਡ ਲਾਈਕ ਟੂ ਥੈਂਕ ਯੂ ਬੋਥ ਅਤੇ ਹੁਣ ਨੈਕਸਟ ਮੂਵੀ 'ਚ ਵੀ ਮੇਰੀ ਚੇਤਾ ਸਿੰਘ 'ਚ ਵੀ ਓਪਰਚੁਨਿਟੀ ਮੈਨੂੰ ਪ੍ਰਿੰਸ ਕਵਲਜੀਤ ਸਰ ਦੇ ਥਰੂ ਹੀ ਮਿਲੀ ਹੈ ਐਂਡ ਆਈ ਵਿਸ਼ ਤੁਸੀਂ ਸਾਰੇ ਇਹਨੂੰ ਬਹੁਤ ਲਾਈਕ ਕਰੋਗੇ ਫੈਮਿਲੀ ਮੂਵੀ ਹੈ ਬਹੁਤ ਐਕਸਟ੍ਰੀਮ ਇਮੋਸ਼ਨ ਅਟੈਚਮੈਂਟ ਹੈ ਇਹ ਜਿਹੜਾ ਤੁਸੀਂ ਟੀਜ਼ਰ 'ਚ ਜਾਂ ਟ੍ਰੇਲਰ 'ਚ ਵੀ ਇਨਫੈਕਟ ਦੇਖਿਆ ਮੋਸਟ ਆਫ ਦ ਟਾਈਮ ਉਹ ਡਾਰਕ ਸਾਈਡ ਦਿਖਾਈ ਗਈ ਹੈ ਅਗੇਨ ਯੈਸ ਦੇਅਰ ਇਜ਼ ਅ ਬਿਟ ਆਫ ਵਾਇਲੈਂਸ ਕਿਉਂਕਿ ਉਹ ਇਮੋਸ਼ਨ ਨੂੰ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਜਰਨੀ ਹੈ ਉਹਦੀ ਜਸਟੀਫਿਕੇਸ਼ਨ ਉਸ ਤੋਂ ਬਾਅਦ ਹੀ ਦਿੱਤੀ ਜਾਏਗੀ ਸੋ ਯੂ ਗਾਇਜ਼ ਵਿਲ ਇੰਜੋਏ ਇਟ ਐਨੀ ਹਾਓ ਪਲੀਜ਼
मीडिया ਨੂੰ ਸਾਨੂੰ ਸਪੋਰਟ ਕਰਨ ਦੀ ਬਹੁਤ ਰਿਕੁਆਇਰਮੈਂਟ ਹੈ ਕਿਉਂਕਿ ਇਹੋ ਜਿਹੇ ਟੌਪਿਕ ਮੀਡੀਆ ਕਰਕੇ ਬਹੁਤ ਹਾਈਲਾਈਟ ਵੀ ਹੋ ਜਾਂਦੇ ਨੇ ਕਈ ਵਾਰੀ ਬਹੁਤ ਡ੍ਰੌਪ ਵੀ ਹੋ ਜਾਂਦਾ ਹੈ ਸੋ ਜਿਵੇਂ ਕਿ ਮੈਮ ਨੇ ਕਿਹਾ ਵੀ ਮੀਡੀਆ 'ਚ ਬਹੁਤ ਪਾਵਰ ਹੈ ਦਿਸ ਇਜ਼ ਵਾਟ ਆਈ ਆਲਵੇਜ਼ ਸੀ ਜਿਵੇਂ ਬੰਬੇ ਦਾ ਮੀਡੀਆ ਇਜ਼ ਵੈਰੀ ਸਟਰੋਂਗ ਉਹ ਬਿਲਕੁਲ ਕੋਈ ਵੀ ਫੁਟੇਜ ਨਹੀਂ ਛੱਡਦੇ ਕਿ ਹਾਂ ਕੋਈ ਕੀ ਕਰ ਰਿਹਾ ਹੈ ਸੋ ਵੀ ਆਲਸੋ ਨੀਡ ਟੂ ਬੀ ਵੈਰੀ ਸਟਰੋਂਗ ਆਪਣੇ ਪੰਜਾਬ ਦਾ ਮੀਡੀਆ ਬਹੁਤ ਸੋਹਣਾ ਹੈ ਬਟ ਹੋਰ ਵੀ ਜ਼ਿਆਦਾ ਸਟਰੋਂਗ ਹੋਣ ਦੀ ਲੋੜ ਹੈ ਬਿਕੋਜ਼ ਸਾਡੇ ਥਰੂ ਹੀ ਸਾਡਾ ਨੈਸ਼ਨਲ ਪਲੈਟਫਾਰਮ 'ਤੇ ਸਾਡਾ ਫਿਲਮ ਇੰਡਸਟਰੀ ਪਹੁੰਚ ਸਕਦੀ ਹੈ ਜਿਵੇਂ ਆਪਾਂ ਪੈਨ ਇੰਡੀਆ ਕਹਿ ਦਿੰਦੇ ਹਾਂ ਸੋ ਜਸਟ ਥਰੂ ਯੂ ਅਫਕੋਰਸ ਅਸੀਂ ਪਰਫੋਰਮ ਕਰ ਸਕਦੇ ਹਾਂ ਬਟ ਉਹਨੂੰ ਹਾਈਲਾਈਟ ਕਰਨਾ ਤੁਹਾਡੇ ਸਾਰਿਆਂ ਦੇ ਹੱਥ 'ਚ ਹੈ ਐਂਡ ਉਹਨੂੰ ਐਪਰੀਸ਼ੀਏਟ ਕਰਨਾ ਜਾਂ ਡਿਨਾਈ ਕਰਨਾ ਵੀ ਤੁਹਾਡੇ ਹੱਥ 'ਚ ਹੈ ਸੋ ਜਸਟ ਸੀ ਦ ਮੂਵੀ ਇਟ ਇਜ਼ ਬਿਊਟੀਫੁਲ ਬਹੁਤ ਸੋਹਣੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਪ੍ਰੈਜੈਂਟ ਕੀਤਾ ਗਿਆ ਸਾਡੇ ਡਾਇਰੈਕਟਰ ਸਾਹਿਬ ਬੰਟੀ ਵਨ ਟੇਕਰ ਹੀ ਹੈਵ ਡਨ ਦ ਬੈਸਟ ਜੋਬ ਐਂਡ ਸਾਰੇ ਹੀ ਕਾਸਟ ਜਿੰਨੀ ਵੀ ਕਾਸਟ ਹੈ ਅਮੇਜ਼ਿੰਗ ਸਾਰਿਆਂ ਨੇ ਹੀ ਬਹੁਤ ਸੋਹਣਾ ਕੰਮ ਕੀਤਾ ਸੋ ਥੈਂਕ ਯੂ ਵੈਰੀ ਮੱਚ ਥੈਂਕ ਯੂ ਫੋਰ ਕਮਿੰਗ ਹੇਅਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 1 ਸਤੰਬਰ ਨੂੰ ਚੇਤਾ ਸਿੰਘ ਰਿਲੀਜ਼ ਹੋ ਜਾਣੀ ਆ ਸਾਡਾ ਸਬੱਬ ਇੱਦਾਂ ਬਣਿਆ ਕਿ ਜਿਵੇਂ ਮੈਂ ਵੀ ਵਾਰਨਿੰਗ ਦਾ ਪਾਰਟ ਸੀਗਾ ਪ੍ਰਿੰਸ ਵੀਰੇ ਥਰੂ ਚੇਤਾ ਸਿੰਘ 'ਚ ਐਂਟਰੀ ਹੋਈ ਫਿਰ ਸਾਰੀ ਸੀਨੀਅਰ ਕਾਸਟ ਚੇਅਰਮੈਨ ਸਾਰੇ ਜੁੜੇ ਹੈ ਨਾ ਚੇਤਾ ਸਿੰਘ ਦੇ ਬਾਰੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਦੋਂ ਇੱਕ ਕਲਮ ਹੱਥ 'ਚ ਰੱਖਣ ਵਾਲੇ ਬੰਦੇ ਦੇ ਕਿਰਪਾਨ ਆਉਂਦੀ ਹੈ ਨਾ ਹੱਥ 'ਚ ਵੀ ਉਦੋਂ ਬਾਅਦ ਉਹਦਾ ਫਿਰ ਕੋਈ ਗੁੱਸੇ ਦਾ ਸਰਟੀਫਿਕੇਟ ਨਹੀਂ ਰਹਿੰਦਾ ਉਹ ਹੁਣ ਹੋਇਆ ਕਿਉਂ ਉਹਦਾ ਹੱਸਦਾ ਵੱਸਦਾ ਪਰਿਵਾਰ ਕਿਵੇਂ ਉਜੜਿਆ ਕਿਉਂ ਉਹ ਉਸ ਪੀਕ 'ਤੇ ਗਿਆ ਅਤੇ ਉਸ ਪੀਕ 'ਤੇ ਜਾ ਕੇ ਉਹਨਾਂ ਨੇ ਉਹ ਬੰਦਿਆਂ ਨੂੰ ਕੀ ਸਬਕ ਸਿਖਾਇਆ ਇਹ ਸਾਰਾ ਕਹਾਣੀ ਦਾ ਇੱਕ ਪਾਰਟ ਹੈਗਾ ਸਕਰੀਨ ਪਲੇ ਕਹਾਣੀ ਦਾ ਇੰਨਾ ਕੁ ਖੂਬਸੂਰਤ ਆ ਕਿ ਕੜੀਆਂ ਇਸ ਤਰੀਕੇ ਨਾਲ ਜੁੜੀਆਂ ਹੋਈਆਂ ਨੇ ਕਿ ਤੁਸੀਂ ਬਹੁਤ ਇੰਜੋਏ ਕਰੋਗੇ ਉਸ ਚੀਜ਼ ਸੋ ਤੁਸੀਂ ਸਾਰੇ ਨੇ ਚੇਤਾ ਸਿੰਘ ਨੂੰ 1 ਸਤੰਬਰ ਨੂੰ ਪਿਆਰ ਦੇਣਾ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰੀਆ ਕਰਨਾ ਚਾਹੂੰਗੀ ਪ੍ਰਿੰਸ ਭਾਅ ਜੀ ਦਾ ਔਰ ਆਸ਼ੀਸ਼ ਸਰ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਜ਼ਿਆਦਾ ਵਧੀਆ ਕਰੈਕਟਰ ਕਰਨ ਦਾ ਮੌਕਾ ਦਿੱਤਾ ਮਤਲਬ ਜਿਹੜੀ ਇੱਕ ਐਕਟਰ ਦੀ ਭੁੱਖ ਹੁੰਦੀ ਹੈ ਉਸ ਤਰੀਕੇ ਦਾ ਕਰੈਕਟਰ ਕਰਨਾ ਜਿਹਦੇ ਲਈ ਤੁਸੀਂ ਤਰਸਦੇ ਹੋ ਕਿ ਮੈਨੂੰ ਇਹਦੇ ਵਿੱਚ ਕੁਛ ਐਕਸਪਲੋਰ ਕਰਨ ਦਾ ਮੌਕਾ ਮਿਲੂਗਾ ਤਾਂ ਉਹ ਮੇਰਾ ਸੁਪਨਾ ਪੂਰਾ ਕੀਤਾ ਆਸ਼ੀਸ਼ ਸਰ ਨੇ ਪ੍ਰਿੰਸ ਭਾਅ ਜੀ ਨੇ ਅਤੇ ਪ੍ਰਿੰਸ ਭਾਅ ਜੀ ਮਤਲਬ ਮੈਂ ਸ਼ਾਇਦ ਉਹਨਾਂ ਨੂੰ ਵੀ ਨਹੀਂ ਮੈਂ ਦੱਸਿਆ ਕਿ ਜਦੋਂ ਮੈਂ ਉਹਨਾਂ ਦੀ ਫਿਲਮਾਂ ਦੇਖਦੀ ਸੀ ਤਾਂ ਮੈਂ ਮੰਮਾ ਨੂੰ ਹਮੇਸ਼ਾ ਕਹਿੰਦੀ ਸੀਗੀ ਕਿ ਮੰਮਾ ਮੈਨੂੰ ਇੱਦਾਂ ਦੀ ਫਿਲਮ ਕਰਨੀ ਹੈ ਜਿੱਦਾਂ ਦੀ ਪ੍ਰਿੰਸ ਭਾਅ ਜੀ ਫਿਲਮਾਂ ਕਰਦੇ ਹੈ ਜਿਹਦੇ ਵਿੱਚ ਇਮੋਸ਼ਨ ਦੇ ਨਾਲ ਨਾਲ ਐਕਸ਼ਨ ਵੀ ਹੋਵੇ ਮੈਨੂੰ ਬਹੁਤ ਕੁਛ ਐਕਸਪਲੋਰ ਕਰਨ ਦਾ ਮੌਕਾ ਮਿਲੇ ਅਤੇ ਮਤਲਬ ਬਾਈ ਗੋਡ ਗ੍ਰੇਸ ਉਹਨਾਂ ਨਾਲ ਹੀ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਆਸ਼ੀਸ਼ ਸਰ ਬਾਰੇ ਮੈਂ ਜ਼ਰੂਰ ਮੈਨਸ਼ਨ ਕਰਨਾ ਚਾਹੂੰਗੀ ਕਿ ਮੈਂ ਬਹੁਤ ਜਿੱਦਾਂ ਡਾਇਰੈਕਟਰਸ ਨਾਲ ਕੰਮ ਕਰਿਆ ਅਤੇ ਹੀ ਇਜ਼ ਵਨ ਆਫ ਦਾ ਕੂਲੈਸਟ ਡਾਇਰੈਕਟਰ ਆਈ ਹੈਵ ਵਰਕਡ ਵਿਦ ਮਤਲਬ ਜੇ ਤੁਸੀਂ ਐਜ਼ ਐਨ ਐਕਟਰ ਉਹਨਾਂ ਦੇ ਨਾਲ ਕੰਮ ਕਰ ਰਹੇ ਹੋ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਤੁਸੀਂ ਸੈੱਟ 'ਤੇ ਤੁਹਾਨੂੰ ਕੋਈ ਪ੍ਰੋਬਲਮ ਆਊਗੀ ਡਾਇਰੈਕਸ਼ਨ ਟੀਮ ਵੱਲੋਂ ਜਾਂ ਆਪਣੀ ਐਕਟਿੰਗ 'ਚ ਕੋਈ ਕਮੀ ਕਿਉਂਕਿ ਉਹ ਤੁਹਾਨੂੰ ਬਹੁਤ ਰਿਲੈਕਸ ਰੱਖਦੇ ਹੈ ਜਦੋਂ ਮੈਂ ਉਹਨਾਂ ਨਾਲ ਕੰਮ ਕਰਦੀ ਸੀਗੀ ਪਹਿਲੀ ਗੱਲ ਤਾਂ ਉਹ ਖੁਦ ਇੰਨੇ ਡੈਡੀਕੇਟਡ ਡਾਇਰੈਕਟਰ ਨੇ ਮੈਂ ਉਹਨਾਂ ਨੂੰ ਵੇਖਿਆ ਕਿ ਜਦੋਂ ਸਾਡੇ ਸ਼ੂਟ ਚੱਲ ਰਿਹਾ ਸੀਗਾ ਤਾਂ ਸਰ ਬ੍ਰੇਕਫਾਸਟ ਕਰਦੇ ਸੀਗੇ ਉਸ ਤੋਂ ਬਾਅਦ ਸਿੱਧਾ ਡਿਨਰ ਕਰਦੇ ਸੀਗੇ ਸਾਰਾ ਦਿਨ ਆਪ ਖੜੇ ਪੈਰ 'ਤੇ ਅਤੇ ਮਤਲਬ ਐਕਟਰਸ ਨੂੰ ਫਿਰ ਵੀ ਟਾਈਮ ਮਿਲ ਜਾਂਦਾ ਸੀਗਾ ਵਿੱਚ ਬ੍ਰੇਕ ਦਾ ਖਾਣਾ ਖਾਣ ਦਾ ਲੇਕਿਨ ਸਰ ਬ੍ਰੇਕਫਾਸਟ ਤੋਂ ਲੈ ਕੇ ਡਿਨਰ ਤੱਕ ਸਿਰਫ ਆਪਣੇ ਸ਼ੂਟ 'ਤੇ ਕੈਮਰੇ ਨਾਲ ਹੁੰਦੇ ਸੀਗੇ ਅਤੇ ਦੋ ਦੋ ਦਿਨ ਤੱਕ ਸਰ ਸੌਂਦੇ ਹੀ ਨਹੀਂ ਸੀਗੇ ਦੋ ਦੋ ਦਿਨ ਤੱਕ ਨਹੀਂ ਸੌਂਦੇ ਸੀਗੇ ਇੰਨੇ ਵਧੀਆ ਡਾਇਰੈਕਟਰ ਸਾਡੀ ਪੰਜਾਬੀ ਇੰਡਸਟਰੀ ਨੂੰ ਮਿਲਣ ਇਹ ਬਹੁਤ ਵੱਡੀ ਗੱਲ ਹੈ ਅਤੇ ਮੂਵੀ ਜਿਹੜੀ ਚੇਤਾ ਸਿੰਘ ਹੈਗੀ ਹੈ ਉਹਦੇ ਵਿੱਚ ਤੁਹਾਨੂੰ ਇੱਕ ਸੈਂਸਿਟਿਵ ਇਸ਼ੂ ਦੇਖਣ ਨੂੰ ਮਿਲੂਗਾ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਇੱਦਾਂ ਦੇ ਟੌਪਿਕਸ ਨੂੰ ਹੁਣ ਅੱਗੇ ਲਿਆਇਆ ਜਾ ਰਿਹਾ ਹੈ ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਮੀਡੀਆ ਨੂੰ ਆਡੀਅੰਸ ਨੂੰ ਸਭ ਨੂੰ ਇਹ ਵਧੀਆ ਲੱਗੂ ਥੈਂਕ ਯੂ ਦੇਖੋ ਇਹ ਖੁਸ਼ੀਆਂ ਆਈ ਚੱਲਦੀਆਂ ਨੇ ਪਹਿਲਾਂ ਜੇ ਚਾਹੇ ਛੋਟਾ ਹੁੰਦਾ ਸੀ ਰੋਲ ਚਾਹੇ ਕਿਵੇਂ ਹੁੰਦਾ ਸੀ ਜੇ ਉਹ ਮੈਂ ਛੋਟੇ ਨਾ ਕਰਦਾ ਰੋਲ ਤਾਂ ਫਿਰ ਮੈਂ ਅਸਤਾਰ ਜੀ ਨੂੰ ਨਹੀਂ ਮਿਲਦਾ ਕਿਉਂਕਿ ਭਾਈ ਨਹੀਂ ਮਿਲਦੇ
मैं बैठा रहा उड़ा रोल मिलूंगा फिर वो चलिया बाई न लग्या भी बंदा ठीक है ये इनू ए लाइए जोर इन लैके आइए बंदा ठीक है सो उवे करके हम ली चल पी है आपां ये ध्यान नहीं रखना भी अज असी कल्ले देखते हैं तो मैं बहुत खुशी मनाव चलते रहना जे कि सैड से भी आजगा तो भी कोई वह नहीं फिर दोबारा कि फिर कल्ले आ जाएंगे फिर भी कोई नहीं चलते रहना जरूरी है अगे पिछे तो चलना देखो जे जी हार्ट बीट आती है वह नहीं जो ईसीजी करते हो आया भी जिते अच्छा आह आह चली जाता तो बंदा ज्यौदा जिते वो आ प्लेन हो गई हो जाती टू जी हो जाती है तो वह फायदा नहीं है ना आप चलते ही रहना बस नहीं एक्चुअली चलूगा और तुम मैं दसा उ जो भी कोई प्रेस कॉन्फ्रेंस होंगी जो भी कोई गल्लां बातां होंदियां ने तां पंज सत चीजा पक्कियां होंदियां ने साडी फिल्म बड़ी डिफरेंट है असी ये बड़ा कुछ नवा किया कुछ नहीं नवा यार की गल है नवे नवे की गल थोड़ी आ गल भी फिल्म जी बिठा चल रही है वो थोड़ा एंटरटेन कर रही है कि नहीं कर रही कॉमेडी आ इमोशन है ज फलानी चीज़ है लोग मैं कह देंगे कई बार तू ज्यादा कॉमेडी बना कट के देख लो मैं दूजिया बनाई ने सब तो बद जो 100 करोड़ वाली मेरी है मेरिया फ्लॉप भी ज्यादा ने वह रीजन की है कि मैं एक्सपैरीमेंट किए मैं चीज़ा की मैं डिफरेंट बनाई इन्होंने एक चीज़ की बड़ी सपोर्ट की मैं इन्हों क्या मैं यार आप इदा की फिल्म बनाने तो आप चीज़ करते हैं मैं इन्हों बैठे इन्हों कहानी लिखी स्टोरी जो लिखी गई वो मैं याद आ अमर डायरैक्टर से ये पहले बंदे से पहली वॉर्निंग वेले इन्हों को बहुत छोटा बजट से दूजी वॉर्निंग वेले इन्हों का बजट बहुत बड़ा हो गया फिल्म बहुत बड़ी बनी मेरे को आए मैं कहते जी अपना इन्ना बजट आई हरदीप वीरे डिस्कस किया सानू इन्ने पैसे होर चाहिए ने मैं कह जी ओके मैं कह जी कहते पर असी एक्सट्रा नहीं खर्चा रहे सारे यूनिट दियाँ नो वैरिटी वैना नो रिक्वायरमेंट्स ऐसा बंद करती उन्होंने दूजी फिल्म मिले इन्होंने सारिया चीज़ा मिल रही सी इन्होंने ता भी नहीं लिया क्योंकि इन्होंने प्रोडक्ट वधिया बनाउणा सी जदों अपना थॉट प्रोसैस ये बन जाए ना कि आप फिल्म राइट बनाउणी आ एक एक जिहड़ा आर्टिस्ट कई आर्टिस्ट सैल्फिश हो जाते हैं जदों वो चीज़ा निकल जाण तुसीं देखो पहली वॉर्निंग मैं लिखी सी पर मैं रोल इहदा लिखिया मैं अरदास लिखी थी रोल घुग्गी नूं दित्ता सो जो तुसी ऑनेस्टी नाल काम करते हो मैनू कई बंदे ने पुछया तुसी अरदास दे विच आप रोल क्यों नहीं किया मैं कहा जी मैनू एज अ डायरैक्टर एज अ राइटर मैनू यह लगता सीगा घुग्गी भाजी बैटर जस्टिफाई कर सकते हैं रोल ही उन्हां लई बनिया होया था सो वॉर्निंग का पम्मा बनिया ही इहदे लई सीगा सो वह चीज़ा जो आप 100% राइट करते हैं फिर नहीं मैनू पूरा यकीन से भी यह चलूगा सो वह कई बंदियां दा यकीन सी जिहड़े हुण भी कई कहिंदे आ वी यार इह किवें चल गई सो उन्होंने ये एग्जाम्पल ने सो कह का मतलब यह बंदा करने वाला चाहिए सब कुछ आ हाले तो इन्हू रोमांटिक फिल्म चला हाँ मेरे अंदर बड़ा कीड़ा सीगा भी यार शहरों खान वो थोड़ा जहा माहौल उस्ताद ने अच कहता हूँ होगा काम यह देखो भाजी सब तो पहला तो फिल्म की कास्टिंग चैलेंज हो जाती है एक डेब्यू डायरैक्टर लिए बट तो दूजा बजट मेरे जोड़े प्रोड्यूसर थे सुमित भाजी तो रणजीत भाजी इन्होंने सब तो पहला तो मेरी वो टेंशन मंगा थी वो कहते तू काम कर ये सब तो प्लस पॉइंट सीगा दूजा सीगा स्टार कास्ट जी स्टार कास्ट थी मेरे को जो मैं प्रिंस भाई को मिले इन्होंने जो साड़ी गलबात हुई तो इन्होंने मेरे नाल बिहेव नहीं किया कि तू एज ए डेब्यू डायरैक्टर काम कर रहा हालांकि मैं गाने किए हैं एज ए कोरियोग्राफर मेरे ख्याल नाल 2000+ गाना होना मेरा तो मेरे लिए डिफिकल्टी शूट दी कास्टिंग या बजट इन्होंने चीज़ों नहीं सी
ਮੇਰੇ ਲਈ ਡਿਫੀਕਲਟ ਸੀਗਾ ਉਸ ਚੀਜ਼ ਨੂੰ ਸ਼ੂਟ ਕਰਨਾ ਜਿਹੜਾ ਕਦੇ ਪਹਿਲਾਂ ਨਹੀਂ ਹੋਇਆ। ਬਈ ਹੱਡਾ ਰੋੜੀ ਆਪਾਂ ਗੱਲਾਂ 'ਚ ਸੁਣੀਆਂ, ਆਪਾਂ ਕਦੇ ਵਿਜੂਅਲੀ ਉਹਨੂੰ ਦੇਖਿਆ ਨਹੀਂ। ਬਹੁਤ ਪਿੰਡਾਂ 'ਚ ਹੁੰਦਾ, ਗੇੜੇ 'ਚ ਕੋਈ ਚੱਲ ਜਾਂਦਾ ਹੋਣਾ, ਸੋਚੋ ਇੱਕ ਬੰਦਾ ਹੋਣਾ, ਹੈ ਨਾ। ਅਤੇ ਮੇਰੇ ਲਈ ਉਹਦਾ ਸੈਟਅਪ ਜਿਹੜਾ ਕ੍ਰੀਏਟ ਕਰਨਾ ਸੀਗਾ ਉਹ ਇੱਦਾਂ ਦਾ ਲੱਗੇ ਕਿ ਉਹ ਨਕਲੀ ਹੋਣ ਦੇ ਬਾਵਜੂਦ ਵੀ ਅਸਲੀ ਲੱਗੇ। ਉਸ ਥਾਂ 'ਤੇ ਕੰਮ ਕਰਨਾ, ਉਹ ਸੈਟਅਪ ਕ੍ਰੀਏਟ ਕਰਨਾ। ਵਿੰਟਰ 'ਚ ਸ਼ੂਟ ਸੀਗਾ ਸਾਡਾ, ਦਸੰਬਰ ਐਂਡ 'ਚ, ਅਤੇ ਉਹ ਜਿਹੜਾ ਮਾਹੌਲ ਸੀਗਾ ਪੂਰਾ ਬਹੁਤ ਡਿਫੀਕਲਟ ਸੀਗਾ ਸ਼ੂਟ ਦਾ। ਅਤੇ ਸਾਰੀ ਚੀਜ਼ਾਂ ਮੈਨੂੰ ਆਰਟਿਸਟਾਂ ਨੇ ਬਹੁਤ ਸਪੋਰਟ ਕੀਤੀ। ਭਾਅ ਜੀ ਨੇ ਵੱਡੇ ਭਰਾ ਵਾਂਗੂ ਮੈਨੂੰ ਸਪੋਰਟ ਕੀਤਾ ਕਿ ਤੂੰ ਦੱਸ, ਕੋਈ ਪ੍ਰੋਬਲਮ ਨਹੀਂ ਹੈ। ਇੱਕ ਆਰਟਿਸਟ ਜਿਹੜਾ ਫੇਸ ਕਰਨਾ ਪੈਂਦਾ ਡੇਟਸ, ਮੇਰੇ ਕੋਲ ਉਹ ਵੀ ਇਸ਼ੂ ਨਹੀਂ ਸੀਗਾ, ਕਿਉਂਕਿ ਇਹਨਾਂ ਨੇ ਕਿਹਾ ਫਿਲਮ ਵਧੀਆ ਬਣ ਰਹੀ ਹੈ, ਸਾਨੂੰ ਦੂਜੇ ਤੀਜੇ ਦਿਨ ਹੀ ਐਜ਼ ਐਨ ਆਰਟਿਸਟ ਪਤਾ ਲੱਗ ਜਾਂਦਾ ਕਿ ਕਿੱਥੋਂ ਜਾ ਚੱਲ ਰਿਹਾ ਡਾਇਰੈਕਟਰ ਜਾਂ ਸਕ੍ਰਿਪਟ ਕਿੱਦਾਂ ਚੱਲ ਰਹੀ ਹੈ। ਅਤੇ ਇਹਨਾਂ ਨੇ ਮੈਨੂੰ ਸਪੋਰਟ ਕੀਤਾ ਅਤੇ ਮੇਰੇ ਲਈ ਕੋਈ ਪ੍ਰੋਬਲਮ ਨਹੀਂ ਸੀਗੀ। ਸਾਡਾ ਸ਼ਡਿਊਲ ਵੀ 27-28 ਦਿਨਾਂ ਦਾ ਸੀਗਾ ਸਟਾਰਟ, ਉਹ ਤਕਰੀਬਨ 40 ਦਿਨ ਦਾ ਹੋਇਆ ਅੱਗੇ ਜਾ ਕੇ, ਕਿਉਂਕਿ ਫਿਲਮ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਇੱਦਾਂ ਦੀ ਸੀਗੀ ਜਿਹਨੂੰ ਟਾਈਮ ਲੱਗਦਾ ਸੀ, ਕਲਾਈਮੈਕਸ ਨੂੰ ਬਹੁਤ ਟਾਈਮ ਲੱਗਿਆ। ਅਤੇ ਡਿਫੀਕਲਟ ਭਾਅ ਜੀ, ਡਿਫੀਕਲਟ ਤਾਂ ਕੁਛ ਵੀ ਨਹੀਂ ਹੈਗਾ, ਬਟ ਜਦੋਂ ਤੁਸੀਂ ਚੈਲੇਂਜ ਲੈਣ ਲੱਗ ਜਾਂਦੇ ਹੋ ਨਾ ਭਾਅ ਜੀ, ਜਿੱਦਾਂ ਕਿ ਗਰੀਮਾ ਨੇ ਕਿਹਾ ਕਿ ਤੁਸੀਂ ਬਿਨਾਂ ਸੋਏ ਬ੍ਰੇਕਫਾਸਟ ਕਰਦੇ ਸੀਗੇ ਅਤੇ ਰਾਤ ਨੂੰ ਡਿਨਰ ਕਰਦੇ ਸੀਗੇ, 16-16 ਘੰਟੇ ਭਾਅ ਜੀ ਉਹਨਾਂ ਨੇ ਕੰਮ ਕੀਤਾ ਮੇਰੇ ਨਾਲ, ਪ੍ਰਿੰਸ ਭਾਅ ਜੀ ਉਹਨਾਂ ਨੇ ਸੈੱਟ 'ਤੇ 11-12 ਘੰਟੇ ਦੀ ਸ਼ਿਫਟ ਹੁੰਦੀ ਹੈ ਸਾਡੀ। ਅਤੇ ਜਦੋਂ ਆਰਟਿਸਟ ਤੁਹਾਡੇ ਲਈ ਇੰਨਾ ਖੜਦੇ ਨੇ, ਤੁਹਾਡੇ ਪ੍ਰੋਡਿਊਸਰਸ ਤੁਹਾਡੇ ਲਈ ਖੜਦੇ ਨੇ, ਗਿੱਪੀ ਭਾਅ ਜੀ ਵੀ ਪ੍ਰੋਡਿਊਸਰ ਅਤੇ ਡਾਇਰੈਕਟਰ ਅਤੇ ਸਕਰੀਨ ਰਾਈਟਰ, ਹੈ ਨਾ ਭਾਅ ਜੀ ਨੇ ਸਾਰਾ ਕੰਮ ਕੀਤਾ ਹੋਇਆ। ਅਤੇ ਜਦੋਂ ਇਹ ਸਾਰੀ ਟੀਮ ਤੁਹਾਡੇ ਨਾਲ ਖੜਦੀ ਹੈ ਨਾ, ਤਾਂ ਡਿਫੀਕਲਟ ਭਾਅ ਜੀ ਕੁਛ ਨਹੀਂ ਰਹਿ ਜਾਂਦਾ। ਅਤੇ ਮੇਰੇ ਲਈ ਤਾਂ ਮੈਂ ਇੰਜੋਏ ਕੀਤਾ ਬਹੁਤ, ਮੇਰਾ ਡੈਬਿਊ ਆ, ਬਟ ਕੋਸ਼ਿਸ਼ ਇਹੀ ਰਹੂਗੀ ਕਿ ਅੱਗੇ ਵੀ ਅਤੇ ਇਹ ਵੀ ਜਿੱਦਾਂ ਮੈਂ ਡਿਫਰੈਂਟ ਕੀਤਾ ਕੰਮ, ਅਤੇ ਮੈਂ ਡਿਫਰੈਂਟ ਹੀ ਕਰਨ ਦੀ ਕੋਸ਼ਿਸ਼ ਕਰੂੰਗਾ ਜੇ ਮੈਨੂੰ ਕੋਈ ਨੈਕਸਟ ਪ੍ਰੋਜੈਕਟ ਮਿਲਦਾ। ਥੈਂਕ ਯੂ। ਇਹ ਤੁਸੀਂ ਇੱਧਰੋਂ ਕੁਐਸਚਨ ਸ਼ੁਰੂ ਕੀਤਾ, ਇੱਧਰੋਂ ਸਾਗਾ ਨੇ ਹੌਲੀ ਕਿਤੇ ਮੇਰੇ ਕੰਨ 'ਚ ਬੋਲਿਆ, ਕਹਿੰਦਾ ਭਾਅ ਜੀ ਐਂ ਲੱਗਦਾ ਜਿਵੇਂ ਇਹਨਾਂ ਨੂੰ ਕਿਸੇ ਨੇ ਕਿਹਾ ਸਵਾਲ ਪੁੱਛੋ। ਮੈਂ ਤਾਂ ਹੁਣ ਇਹ ਕਹਿਣ ਲੱਗ ਗਿਆ ਜਦੋਂ ਮੈਨੂੰ ਕੋਈ ਕਹਿੰਦਾ ਮੈਂ ਉੱਥੇ ਸਾਗਾ ਦਾ ਐਡਰੈਸ ਪਾ ਦਿਆ ਕਰਦਾ ਹੁਣ, ਫਿਰ ਤੁਸੀਂ ਜਾ ਕੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਆ ਦੇਖੋ, ਸਾਗਾ ਨੇ ਮਾਈਕ ਬੰਦ ਕਰਾਤਾ ਮੇਰਾ। ਭਾਅ ਜੀ ਮੈਂ ਤੁਹਾਨੂੰ, ਮੈਨੂੰ ਤਾਂ ਆਪ ਬਹੁਤ ਦੁੱਖ ਆ, ਆਹ ਬੈਠਿਆ ਸਾਗਾ ਵਾਲੇ ਕੋਲੇ, ਇਹ ਕਹਿੰਦੇ ਬਸ ਇਹ ਮੈਨੂੰ ਮੈਸੇਜ, ਮੇਰੇ ਕੋਲੇ ਇਹਨਾਂ ਦੇ ਮੇਰੇ ਕੋਲ ਸਬੂਤ ਵੀ ਹੈਗੇ ਆ ਬਹੁਤ, ਇਹਨਾਂ ਨੂੰ ਮੈਂ ਲੱਖਾਂ ਕੁ ਮੈਸੇਜ ਭੇਜੇ ਹੋਏ ਨੇ, ਮੈਂ ਕਿਹਾ ਭਾਅ ਜੀ ਫਿਲਮਾਂ ਪਾ ਦਿਓ, ਕਿਤੇ ਫਿਲਮਾਂ ਪਾ ਦਿਓ, ਇਹ ਕਹਿੰਦੇ ਨੇ ਅੱਗੇ ਬਸ ਭਾਅ ਜੀ ਇਸ ਹਫ਼ਤੇ ਆਪਣਾ ਕੰਮ ਹੋਣੇ ਵਾਲਾ, ਇਸ ਹਫ਼ਤੇ ਇਹਨਾਂ ਦਾ ਹਫ਼ਤਾ ਆ ਨਹੀਂ ਰਿਹਾ ਹੈਗਾ। ਸੋ ਤਾਂ ਹੀ ਮੈਂ ਕਹਿੰਦਾ ਵੀ ਜਿਹਨਾਂ ਨੇ ਚੇਤਾ ਸਿੰਘ ਦੇਖਣੀ ਉਹ 1 ਸਤੰਬਰ ਨੂੰ ਦੇਖ ਲਓ, ਇਹਨਾਂ ਦਾ ਕੋਈ ਭਰੋਸਾ ਨਹੀਂ ਹੈ ਫਿਲਮ ਨੂੰ ਪਾਉਂਦੇ ਨਹੀਂ ਬਾਅਦ ਚ ਦੱਸਣਗੇ ਭਾਅ ਜੀ ਇਹ ਬਾਅਦ ਚ, ਹਾਲੇ ਇਹਨਾਂ ਕੋਲ ਏਸੀ ਦਾ ਜਵਾਬ ਹੈ ਨਹੀਂ ਮਿਲਣ ਵਾਲੇ ਆਪਣੇ ਕੋਲ। ਹਾਂ ਇਨ ਸਮ ਟਾਈਮ ਭਾਅ ਜੀ ਉਹਨੇ ਕਹਿਤਾ ਵੀ ਅਗਲੇ ਹਫ਼ਤੇ। ਜੀ ਬਿਲਕੁਲ ਨਹੀਂ ਬਿਲਕੁਲ ਜੀ, ਮੈਂ ਤਾਂ ਇਹ ਕਹਿਣਾ ਵੀ ਸਿਨੇਮੇ 'ਚ ਦੇਖਿਆ ਕਰੋ, ਬਾਅਦ ਵਿੱਚ ਆਉਂਦੀਆਂ ਲੇਟ ਆਉਂਦੀਆਂ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ, ਪਰ ਸਿਨੇਮੇ 'ਚ ਦੇਖਣੀਆਂ ਚਾਹੀਦੀਆਂ। ਮੈਂ ਤਾਂ ਹੁਣ ਕਹਿ ਨਹੀਂ ਸਕਦਾ, ਮੇਰੇ ਲਈ ਤਾਂ ਹਾਲੇ ਸਿਨੇਮੇ 'ਚ ਚੱਲ ਰਹੀ ਆ। ਥੈਂਕ ਯੂ ਜੀ। ਹਾਂਜੀ ਬਿਲਕੁਲ ਜੀ ਸਹੀ ਗੱਲ।